ਅੱਜ ਤੁਸੀਂ ਸਮੇਂ-ਸਮੇਂ ਦੇ ਹਾਲਾਤਾਂ ਨੂੰ ਦੇਖਦੇ ਹੋ, ਪਰ ਕਿਉਂ ਸਾਡੀ ਸਿੱਖ ਕੌਮ ਦੇ ਵਿੱਚ ਤਰਾਸ਼ਦੀ ਹੈ ਕਿ ਨੌਜਵਾਨ ਵੱਖ-ਵੱਖ ਜਥਿਆਂ ਦੇ ਰੂਪ 'ਚ, ਸਭਾਵਾਂ ਦੇ ਰੂਪ 'ਚ, ਸੁਸਾਇਟੀਆਂ ਦੇ ਰੂਪ 'ਚ ਕਿਸੇ ਨਾ ਕਿਸੇ ਕਾਰਜ ਪ੍ਰਤੀ ਕਾਰਜਸ਼ੀਲ ਨੇ? ਤੁਸੀਂ ਕਹਿ ਸਕਦੇ ਹੋ ਕਿ ਮਣਕੇ ਨੇ, ਖਿੰਡਰੇ ਹੋਏ ਨੇ, ਉਹਨਾਂ 'ਚ ਕਮਿਊਨੀਕੇਸ਼ਨ ਥਰੈਡ ਨਹੀਂ ਹੈ। ਸੋ ਮੁੱਦੇ ਅਤੇ ਅੰਤਰ ਔਰਤ ਉਦੋਂ ਵੀ ਸੀ, ਅੱਜ ਵੀ ਹੈ। ਸਮੱਸਿਆ ਇਹ ਕਿ ਕੌਮ ਦੇ ਕੋਈ ਯੋਗ ਆਗੂ ਨਹੀਂ। ਇੱਥੇ ਵਿਊ ਸਟਾਰਟ ਕੀਤਾ ਗਿਆ ਅਕਾਲ ਤਖ਼ਤ ਸਾਹਿਬ ਤੋਂ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਿੰਨਾ ਨੇ ਕਰਵਾਇਆ? ਕਿਤੇ ਨਾ ਕਿਤੇ ਉਹ ਜਿਹੜੀ 5 ਸਦੀਆਂ ਤੋਂ ਤੁਹਾਡੇ ਖਿਲਾਫ਼ ਇੱਕ ਵਿਚਾਰਧਾਰਾ ਹੈ, ਜਿਹੜੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਖਤਮ ਕਰਨਾ ਚਾਹੁੰਦੀ ਹੈ। ਇਹ ਜਿਹੜੇ ਵਰਤਾਰੇ ਉਦੋਂ ਹੋਰ ਵੀ ਖਤਰਨਾਕ ਹੋ ਜਾਂਦੇ ਨੇ ਜਦੋਂ ਤੁਹਾਡੀ ਆਪਣੀ ਕੌਮ ਦੇ ਲੋਕ ਹੀ ਗਦਾਰ ਹੁੰਦੇ ਨੇ। ਗੁਰਬਾਣੀ ਅਖੰਡ ਬਾਣੀ ਚੈਨਲ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਰਜੀਤ ਕੌਰ ਖਾਲਸਾ ਫਤਿਹ ਅਰਜ਼ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਹਾਜ਼ਰ ਆ ਪ੍ਰੋਗਰਾਮ ਭੱਖ ਦੇ ਮੁੱਦੇ ਦੇ ਵਿੱਚ। ਆਪ ਜੀ ਨੂੰ ਪਤਾ ਕਿ ਅਸੀਂ ਸਮੇਂ-ਸਮੇਂ ਤੇ ਭੱਖ ਦੇ ਮੁੱਦਿਆਂ ਤੇ ਗੱਲਬਾਤ ਕਰਦੇ ਰਹੇ ਨੇ, ਪਰ ਅੱਜ ਸਾਡੇ ਸਿੱਖ ਕੌਮ ਦੇ ਵਿੱਚ ਬਹੁਤ ਜ਼ਿਆਦਾ ਤਰਾਸਦੀ ਆਈ ਹੋਈ ਹੈ। ਸੋ ਇਸ ਵਿਸ਼ੇ 'ਤੇ ਅਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ, ਬਹੁਤ ਹੀ ਬੁੱਧੀਜੀਵੀ ਸਿੱਖ ਪ੍ਰਚਾਰਕ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਸਾਡੇ ਨਾਲ ਮੌਜੂਦ ਹੈ। ਅਸੀਂ ਸਵਾਗਤ ਕਰਦੇ ਉਹਨਾਂ ਦਾ ਗੁਰਬਾਣੀ ਅਖੰਡ ਬਾਣੀ ਚੈਨਲ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਰਸ਼ਕੋ, ਅੱਜ ਅਸੀਂ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ ਨਾਲ ਗੱਲਬਾਤ ਕਰਾਂਗੇ ਕਿ ਕਿਉਂ ਸਾਡੇ ਜਿਹੜੇ ਸਿਰਮੋ ਜਥੇਬੰਦੀਆਂ ਨੇ ਜਾਂ ਸਾਡੀ ਸਿੱਖ ਕੌਮ ਦੇ ਵਿੱਚ ਕਿਉਂ ਤਰਾਸ਼ਦੀ ਆਈ ਹੋਈ, ਕਿਉਂ ਸਾਡੀਆਂ ਸਿੱਖ ਕੌਮ ਇੱਕ ਪਲੇਟਫਾਰਮ ਤੇ ਖੜੀਆਂ ਨਹੀਂ ਹੁੰਦੀਆਂ। ਵੀਰ ਜੀ, ਆਪਾਂ ਗੱਲਬਾਤ ਕਰਨ ਤੋਂ ਪਹਿਲਾਂ ਤੁਹਾਨੂੰ ਹੀ ਪੁੱਛਣਾ ਚਾਹਾਂਗੇ ਕਿ ਅੱਜ ਤੁਸੀਂ ਸਮੇਂ-ਸਮੇਂ ਤੇ ਹਾਲਾਤਾਂ ਨੂੰ ਦੇਖਦੇ ਹੋ, ਪਰ ਕਿਉਂ ਸਾਡੀ ਸਿੱਖ ਕੌਮ ਦੇ ਵਿੱਚ ਤਰਾਸ਼ਦੀ ਆਈ ਹੋਈ? ਦਰਅਸਲ ਇਸ ਤਰਾਸਦੀ ਨੂੰ ਅਸੀਂ ਅੰਤਰ ਵਿਰੋਧ ਵੀ ਕਹਿੰਦੇ ਹਾਂ ਤੇ ਸੰਮਤੀ ਭੇਦ ਵੀ ਕਹਿੰਦੇ ਹਾਂ। ਜਿਉਂਦੀਆਂ ਜਾਗਦੀਆਂ ਕੌਮਾਂ ਦੇ ਵਿੱਚ ਛੋਟੇ ਛੋਟੇ ਮੁੱਦਿਆਂ ਦੇ ਉੱਪਰ ਛੋਟੇ ਛੋਟੇ ਮਤਭੇਦ ਹੋ ਜਾਣੇ ਸੁਭਾਵਿਕ ਹੁੰਦੇ ਨੇ, ਪਰ ਉਸ ਸਮੇਂ ਇਹ ਜਿਹੜੇ ਮਤਭੇਦ ਨੇ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਜਦੋਂ ਕੌਮ ਦੇ ਕੋਲ ਸਾਹਮਣੇ ਕੋਈ ਨਿੱਗਰ ਨਿਸ਼ਾਨਾ ਨਹੀਂ ਹੁੰਦਾ। ਸੋ ਜੇਕਰ ਅਸੀਂ 78 ਤੋਂ ਪਹਿਲਾਂ ਦੇ ਹਾਲਾਤ ਵੇਖਦੇ ਹਾਂ ਤਾਂ ਕੌਮ ਦੇ ਵਿੱਚ ਉਦੋਂ ਵੀ ਦੇਹਧਾਰੀ ਗੁਰੂ ਡੰਮ ਦਾ ਪ੍ਰਕੋਪ ਹੈ ਨਰਕਧਾਰੀਆਂ ਦੇ ਰੂਪ ਦੇ ਵਿੱਚ, ਜਾਂ ਉਦੋਂ ਵੀ ਸਿੱਖ ਛੋਟੀਆਂ ਛੋਟੇ ਜਥੇਬੰਦੀਆਂ ਦੇ ਵਿੱਚ ਜਾਂ ਛੋਟੇ ਛੋਟੇ ਜਥਿਆਂ ਦੇ ਵਿੱਚ ਵੰਡੇ ਹੋਏ ਨੇ, ਪਰ ਜਦੋਂ ਕੌਮ ਦੇ ਸਾਹਮਣੇ ਇੱਕ ਨਿਸ਼ਾਨਾ ਆ ਜਾਂਦਾ ਹੈ ਜਾਂ ਤੁਸੀਂ ਕਹਿ ਸਕਦੇ ਹੋ ਕਿ ਕੌਮ ਨੂੰ ਇੱਕ ਇਵੇਂ ਦਾ ਆਗੂ ਮਿਲ ਜਾਂਦਾ ਹੈ ਜਿਸ ਆਗੂ ਦੀ ਸੋਚ ਦੇ ਵਿੱਚੋਂ, ਉਸਦੀ ਜ਼ਹਿਨੀਅਤ ਦੇ ਵਿੱਚੋਂ ਜਾਂ ਉਸਦੀ ਰੋਸ਼ਨ ਦਿਮਾਗੀ ਦੇ ਵਿੱਚੋਂ ਕੌਮ ਨੂੰ ਆਪਣਾ ਭਵਿੱਖ ਨਜ਼ਰ ਆਉਂਦਾ ਹੈ, ਤੇ ਉਦੋਂ ਫਿਰ ਜਿਹੜੇ ਕੌਮ ਦੇ ਛੋਟੇ ਛੋਟੇ ਅੰਦਰੂਨੀ ਮਤਭੇਦ ਹੁੰਦੇ ਨੇ ਉਹ ਖਤਮ ਹੋ ਜਾਂਦੇ ਨੇ। ਜਦੀ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਜਦੋਂ ਸਿੱਖ ਸੰਸਾਰ ਮੰਚ ਦੇ ਉੱਪਰ ਆਉਂਦੀ ਹੈ ਤੇ ਬਿਲਕੁਲ ਇਵੇਂ ਦਾ ਵਰਤਾਰਾ ਹੈ ਕਿ ਇਹ ਨਹੀਂ ਹੈ ਕਿ ਉਹਨਾਂ ਤੋਂ ਪਹਿਲਾਂ ਸਿੱਖਾਂ ਦੇ ਵਿੱਚ ਆਪਸੀ ਮਤਭੇਦ ਨਹੀਂ ਆ, ਅੰਤਰ ਵਿਰੋਧ ਨਹੀਂ ਆ, ਜਾਂ ਇਸ ਤਰੈਸਦੀ ਦਾ ਕੋਈ ਰੂਪ ਉਦੋਂ ਸਿੱਖ ਕੌਮ ਦੇ ਵਿੱਚ ਪ੍ਰਵਾਹਿਤ ਨਹੀਂ ਹੋ ਰਿਹਾ। ਸਭ ਕੁਝ ਹੋ ਰਿਹਾ ਹੁੰਦਾ, ਪਰ ਇੱਕ ਚੰਗੇ ਲੀਡਰ ਦਾ ਮਿਲ ਜਾਣਾ ਤੇ ਕੌਮ ਦੇ ਕੋਲ ਇੱਕ ਨਿਸ਼ਾਨਾ ਹੋਣਾ, ਉਹਦੇ ਨਾਲ ਜਿਹੜੇ ਅੰਤਰ ਵਿਰੋਧ ਦੇ ਛੋਟੇ ਛੋਟੇ ਮਤਭੇਦ ਹੁੰਦੇ ਨੇ ਉਸੇ ਵਹਾਅ ਦੇ ਵਿੱਚ ਵਹਿ ਜਾਂਦੇ ਨੇ। ਅੱਜ ਤੇ ਉਸ ਸਮੇਂ ਦੀ ਟ੍ਰੈਜਡੀ ਦੇ ਵਿੱਚ ਜਿਹੜਾ ਅੰਤਰ ਇਹ ਹੈ ਕਿ ਉਸ ਸਮੇਂ ਉਸ ਟ੍ਰੈਜਡੀ ਦੇ ਦੌਰਾਨ ਕੌਮ ਨੂੰ ਇੱਕ ਸੰਤ ਜਰਨੈਲ ਸਿੰਘ ਵਰਗਾ ਲੀਡਰ ਮਿਲਦਾ ਹੈ ਜਿਹੜਾ ਆਪਸੀ ਜਿਹੜੇ ਮਤਭੇਦ ਦੇ ਜਾਂ ਅੰਤਰ ਵਿਰੋਧ ਦੇ ਮੁੱਦੇ ਨੇ ਉਹਨਾਂ ਦਾ ਧਿਆਨ ਹਟਾ ਕੇ ਸਿੱਧਾ ਪੰਜਾਬ ਦੀ ਖੁਦਮੁਖਤਿਆਰੀ ਦੇ ਮੁੱਦੇ ਦੇ ਉੱਪਰ ਲੈ ਜਾਂਦਾ ਹੈ ਤੇ ਉੱਥੇ ਨੌਜਵਾਨ ਆਪਣੇ ਛੋਟੇ ਛੋਟੇ ਅੰਤਰ ਵਿਰੋਧ ਜਾਂ ਆਪਸੀ ਮੁੱਦੇ ਜਾਂ ਮਤਭੇਦ ਤੇ ਆ ਕੇ ਉਹ ਸਮੁੱਚੀ ਉਸ ਲਹਿਰ ਦਾ ਹਿੱਸਾ ਬਣ ਜਾਂਦੇ ਨੇ। ਸੋ ਅੱਜ ਜਿਹੜੇ ਸਾਨੂੰ ਮਤਭੇਦ ਇੱਕ ਬਾਹਰੀ ਧਰਾਤਲ ਦੇ ਉੱਪਰ ਨਜ਼ਰ ਆਉਂਦੇ ਨੇ, ਉਹ ਨਜ਼ਰ ਆ ਰਹੇ ਮਤਭੇਦ ਜਿਹੜੇ ਨੇ ਕਿਤੇ ਨਾ ਕਿਤੇ ਕੌਮੀ ਚੇਤਨਤਾ ਦੇ ਸੰਗ੍ਰਹਿ ਨੇ ਕਿ ਨੌਜਵਾਨ ਵੱਖ ਵੱਖ ਜਥਿਆਂ ਦੇ ਰੂਪ 'ਚ, ਸਭਾਵਾਂ ਦੇ ਰੂਪ 'ਚ, ਸੁਸਾਇਟੀਆਂ ਦੇ ਰੂਪ 'ਚ ਕਿਸੇ ਨਾ ਕਿਸੇ ਕਾਰਜ ਪ੍ਰਤੀ ਕਾਰਜਸ਼ੀਲ ਨੇ,
ਤੁਸੀਂ ਕਹਿ ਸਕਦੇ ਹੋ ਕਿ ਮਣਕੇ ਨੇ, ਖਿੰਡਰੇ ਹੋਏ ਨੇ, ਉਹਨਾਂ 'ਚ ਕਮਿਊਨੀਕੇਸ਼ਨ ਥਰੈਡ ਨਹੀਂ ਹੈ। ਪਰ ਜੇ ਕਿਤੇ ਮੇਰੇ ਖਿਆਲ ਦੇ ਨਾਲ ਜਿਹੜਾ ਕਿ ਜਿਸ ਤਰ੍ਹਾਂ ਇਕਬਾਲ ਨੇ ਇੱਕ ਸ਼ੇਰ ਦੇ ਵਿੱਚ ਕਿਹਾ ਨਾ, ਹਜ਼ਾਰੋਂ ਸਾਲ ਨਰਗਸ ਆਪਣੀ ਬੇਨੂਰੀ ਪੇ ਰੋਤੀ ਹੈ, ਬੜੀ ਮੁੱਦਤ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ। ਉਹ ਕਿਤੇ ਮੁੱਦਤਾਂ ਬਾਅਦ ਜਦੋਂ ਇਵੇਂ ਦਾ ਰੂਹਾਨੀ ਰਹਿਬਰ ਵਰਗਾ ਲੀਡਰ ਕੌਮ ਨੂੰ ਮਿਲ ਜਾਂਦਾ ਹੈ, ਤੇ ਇਹ ਜਿਹੜੇ ਅੰਤਰ ਵਿਰੋਧ ਦੇ ਮੁੱਦੇ ਹੁੰਦੇ ਨੇ ਇਹ ਆਪਣੇ ਆਪ ਹੀ ਉਸ ਲਹਿਰ ਦੇ ਵਹਾਅ ਦੇ ਵਿੱਚ ਵਹਿ ਜਾਂਦੇ ਨੇ। ਸੋ ਮੁੱਦੇ ਤੇ ਅੰਤਰ ਵਿਰੋਧ ਉਦੋਂ ਵੀ ਸੀ, ਅੱਜ ਵੀ ਹੈ। ਸਮੱਸਿਆ ਇਹ ਕਿ ਕੌਮ ਦੇ ਕੋਲ ਯੋਗ ਆਗੂ ਨਹੀਂ ਹੈ। ਤੁਸੀਂ ਸੰਜੇ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗੱਲ ਕੀਤੀ ਤੇ ਅੱਜ ਉਹਨਾਂ ਦੇ ਬੇਟੇ ਵੀ ਹੈਗੇ ਆ, ਔਰ ਜਿੱਥੇ ਆਪਾਂ ਇਹ ਗੱਲ ਕਰਦੇ ਕਿ ਜਦੋਂ ਮਾਂ ਦੀ ਕੁੱਖ ਵਿੱਚ ਬੱਚਾ ਹੁੰਦਾ ਤਾਂ 80% ਸ਼ਾਇਦ ਉਹਨਾਂ ਦੇ ਗੁਣ ਆ ਉਹ ਮਾਤਾ ਵਿੱਚ ਆ ਜਾਂਦੇ ਨੇ। ਸ਼ਾਇਦ ਕਿਤੇ ਨਾ ਕਿਤੇ ਅਸੀਂ ਗੱਲ ਕਰੀਏ ਕਿ ਸੰਜੇ ਜਰਨੈਲ ਸਿੰਘ ਭਿੰਡਰਾਂਵਾਲਾ ਆਗੂ ਔਰ ਇੱਕ ਜਥੇਬੰਦੀ ਨੂੰ, ਇੱਕ ਪੰਥ ਨੂੰ ਚਲਾਉਣ ਵਾਲਾ ਸਾਨੂੰ ਅਜੇ ਕਿਉਂ ਉਹਨਾਂ ਦੇ ਘਰ ਚੋਂ ਨਹੀਂ ਮਿਲ ਸਕਿਆ? ਦਰਅਸਲ ਇਹਨੂੰ ਅਸੀਂ ਸਿੱਖ ਵਿਚਾਰਧਾਰਾ ਦੇ ਜਿਹੜੇ ਸਮੁੱਚਾ ਤੁਸੀਂ ਕਹਿ ਸਕਦੇ ਹੋ ਪਿਛੋਕੜ ਹੈ ਜਾਂ ਉਹਦਾ ਆਇਨ ਹੈ ਜਾਂ ਜਿਹੜਾ ਉਹਦਾ ਅਕਸ ਹੈ, ਜੇਕਰ ਉਹਦੇ ਵਿੱਚ ਵੇਖੀਏ ਤਾਂ ਇਹ ਗੱਲ ਬਹੁਤ ਘੱਟ ਪ੍ਰਤੀਸ਼ਤ ਜਿਹੜੀ ਹੈ ਆਪਣੇ ਅੰਦਰ ਇੱਕ ਸੱਚਾਈ ਸਮੋ ਕੇ ਰੱਖਦੀ ਹੈ ਕਿ ਪਰਿਵਾਰ ਦੇ ਵਿੱਚ ਪੈਦਾ ਹੋਣ ਵਾਲਾ ਬੱਚਾ ਪਰਿਵਾਰਕ ਵਿਰਾਸਤ ਜਾਂ ਉਸ ਵਿਚਾਰਧਾਰਾ ਨੂੰ ਅੱਗੇ ਲੈ ਕੇ ਤੁਰੇਗਾ। ਗੁਰੂ ਨਾਨਕ ਸਾਹਿਬ ਦੇ ਘਰ ਪੈਦਾ ਹੋਏ ਸ਼੍ਰੀ ਚੰਦ ਦਾ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਟਕਰਾ ਰਿਹਾ ਕਾਫੀ ਲੰਬਾ ਸਮਾਂ। ਇਸੇ ਤਰ੍ਹਾਂ ਪਿਰਥੀ ਚੰਦ ਜਾਂ ਰਾਮ ਰਾਏ ਜਾਂ ਹੋਰ ਧੀਰ ਮਲੀਏ, ਇਹ ਵੀ ਕਿਤੇ ਨਾ ਕਿਤੇ ਗੁਰੂ ਘਰ ਦੀ ਸੰਤਾਨ ਨੇ, ਪਰ ਉਹ ਗੁਰਮਤ ਵਿਚਾਰਧਾਰਾ ਦੇ ਮਾਰਗ ਦੇ ਉੱਪਰ ਨਹੀਂ ਤੁਰ ਸਕੇ। ਸੋ ਇਸ ਕਰਕੇ ਮੈਂ ਦੋਸ਼ੀ ਨਹੀਂ ਠਹਿਰਾ ਸਕਦਾ ਕਿ ਸੰਤ ਜਰਨੈਲ ਸਿੰਘ ਦੇ ਬੱਚੇ ਜਿਹੜੇ ਨੇ ਉਹ ਉਸ ਵਿਚਾਰਧਾਰਾ ਦੇ ਉੱਪਰ ਉਸੇ ਤਰ੍ਹਾਂ ਅਲੰਬਰਦਾਰ ਬਣ ਕੇ ਕੌਮ ਦੇ ਵਿੱਚ ਨਹੀਂ ਉੱਭਰ ਸਕੇ। ਦਰਅਸਲ ਇਹ ਜਿਹੜੀ ਮੈਂ ਕਹਿ ਸਕਦਾ ਹਾਂ ਕਿ ਸੰਤ ਜਰਨੈਲ ਸਿੰਘ ਵਰਗੀ ਜਿਹੜੀ ਸ਼ਖਸੀਅਤ ਹੈ, ਮੈਂ ਸੋਚਦਾ ਹਾਂ ਕਿ ਇਹ ਕੁਦਰਤ ਦੇ ਵੱਲੋਂ ਹੀ ਕੋਈ ਕੌਮ ਨੂੰ ਦਿੱਤਾ ਹੋਇਆ ਤੋਹਫ਼ਾ ਹੁੰਦਾ ਹੈ। ਕੋਈ ਉਹਨਾਂ ਦੇ ਪਰਿਵਾਰ ਦੇ ਵਿੱਚ ਵੀ ਜਨਮ ਲੈ ਕੇ ਜਾਂ ਪਰਿਵਾਰ ਦਾ ਮੈਂਬਰ ਵੀ ਹੋ ਕੇ ਸੰਤ ਜਰਨੈਲ ਸਿੰਘ ਜਿਹੜੀ ਵਾਲੀ ਸੋਚ ਹੈ ਜਾਂ ਜਿਹੜੀ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ, ਉਸ ਦਾ ਮੁਕਾਬਲਾ ਨਹੀਂ ਕਰ ਸਕਦਾ। ਸ਼ਿਵ ਸੈਨਾ ਦੀ ਗੱਲ ਕਰਦੇ ਕਿ ਉਹ ਜਦੋਂ 6 ਜੂਨ ਆਉਂਦੀ ਹੈ ਤਾਂ ਉਹ ਆਪਣੇ ਵੱਲੋਂ ਪੂਰਾ ਡਟ ਕੇ ਵਿਰੋਧ ਕਰਦੇ ਨੇ, ਸੰਜੇ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਅੱਤਵਾਦੀ ਕਹਿੰਦੇ ਨੇ। ਪਰ ਜਿੱਥੇ ਆਪਾਂ ਉਹਨਾਂ ਦੇ ਬੱਚਿਆਂ ਦੀ ਗੱਲ ਕਰ ਰਹੇ ਹਾਂ ਕਿ ਜਦੋਂ ਸਾਡੇ ਪਿਤਾ ਨੂੰ ਕੋਈ ਦਾੜੀ ਨੂੰ ਹੱਥ ਪਾਉਂਦਾ ਤਾਂ ਅਸੀਂ ਉਹਨਾਂ ਦਾ ਵਿਰੋਧ ਕਰਦੇ ਹਾਂ, ਫਿਰ ਉਹ ਕਿਉਂ ਚੁੱਪ ਨੇ? ਮੇਰੇ ਖਿਆਲ ਦੇ ਨਾਲ ਇਹ ਸਵਾਲ ਤਾਂ ਖੈਰ ਉਹਨਾਂ ਨੂੰ ਕੀਤਾ ਜਾਣਾ ਚਾਹੀਦਾ ਹੈ, ਉਹਨਾਂ ਦੀਆਂ ਸਿਆਸੀ ਜਾਂ ਕੀ ਮਜਬੂਰੀਆਂ ਨੇ। ਜਿੱਥੋਂ ਤੱਕ ਮੇਰਾ ਖਿਆਲ ਹੈ ਕਿ ਸੰਤ ਜਰਨੈਲ ਸਿੰਘ ਨੂੰ ਹੁਣ ਉਹਨਾਂ ਦੀ ਸ਼ਖਸੀਅਤ ਨੂੰ ਪਰਿਵਾਰ ਤੋਂ ਉੱਪਰ ਉੱਠ ਕੇ ਵੇਖਣਾ ਚਾਹੀਦਾ ਸਾਨੂੰ ਵੀ, ਕਿ ਉਹਨਾਂ ਦਾ ਪਰਿਵਾਰ, ਮੈਂ ਸੋਚਦਾ ਹਾਂ ਕਿ ਸੰਤ ਜਰਨੈਲ ਸਿੰਘ ਜਦੋਂ ਇੱਕ ਬਹੁਤ ਵੱਡੀ ਕੌਮੀ ਲਹਿਰ ਦੇ ਰਹਿਨੁਮਾ ਬਣ ਕੇ ਉੱਭਰੇ ਨੇ ਤਾਂ ਉਹ ਪਰਿਵਾਰ, ਮੈਂ ਤਾਂ ਇੱਥੋਂ ਤੱਕ ਵੀ ਕਹਿੰਦਾ ਹੁੰਦਾ ਕਈ ਵਾਰੀ ਕਿ ਹੁਣ ਸੰਤ ਜਰਨੈਲ ਸਿੰਘ ਹੁਣਾਂ ਨੂੰ ਦਮਦਮੀ ਟਕਸਾਲ ਦੇ ਨਾਲ ਵੀ ਨਹੀਂ ਜੋੜ ਕੇ ਵੇਖਣਾ ਚਾਹੀਦਾ। ਹੁਣ ਉਹਨਾਂ ਨੂੰ ਕੌਮ ਦੇ ਇੱਕ ਬਹੁਤ ਹੀ ਕਹਿ ਸਕਦੇ ਹਾਂ ਕਿ ਇੱਕ ਰਹਿਬਰ, ਇੱਕ ਚੰਗੇ ਰੂਹਾਨੀ ਆਗੂ, ਇੱਕ ਕੌਮ ਦੀ ਭਵਿੱਖ ਦੀ ਸੂਝ ਵਾਲੇ ਆਗੂ ਦੇ ਰੂਪ ਵਿੱਚ ਸੰਤ ਜਰਨੈਲ ਸਿੰਘ ਹੁਣਾਂ ਨੂੰ ਸਾਨੂੰ ਵੇਖਣਾ ਚਾਹੀਦਾ। ਰਹੀ ਗੱਲ ਸ਼ਿਵ ਸੈਨਾ ਦੀ, ਤੇ ਮੈਂ ਇਸ ਨੂੰ ਹਮੇਸ਼ਾ ਹੀ ਬੜੇ ਸਾਰਥਕ ਰੂਪ ਦੇ ਵਿੱਚ ਲੈਂਦਾ। ਮਤਲਬ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹਰ ਸਾਲ 6 ਜੂਨ ਨੂੰ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ, ਤੇ ਤੁਸੀਂ ਇੱਕ ਗੱਲ ਵੇਖੋ ਕਿ ਮੈਂ ਅੱਜ ਵੀ ਇੱਕ ਲੈਕਚਰ ਦੇ ਦੌਰਾਨ ਵੀ ਇਹ ਗੱਲ ਕੀਤੀ ਸੀ ਕਿ ਜੇ ਹਰ ਸਾਲ ਰਾਵਣ ਦਾ ਪੁਤਲਾ ਨਾ ਸਾੜਿਆ ਜਾਂਦਾ ਹੁੰਦਾ ਤਾਂ ਸ਼ਾਇਦ ਰਾਵਣ ਦੇ ਜੀਵਨ ਦੇ ਉੱਪਰ ਕਦੀ ਖੋਜ ਨਾ ਹੁੰਦੀ। ਰਾਵਣ ਇਤਿਹਾਸ ਦਾ ਇੱਕ ਮਰ ਚੁੱਕਾ ਪਾਤਰ ਹੁੰਦਾ ਤੇ ਰਾਜਾ ਰਾਮ ਨੂੰ ਬਤੌਰ ਪਰਮਾਤਮਾ ਹੀ ਸਟੈਬਲਿਸ਼ ਜਿਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਕਰ ਲਿਆ ਹੁੰਦਾ। ਪਰ ਜਿਉਂ ਜਿਉਂ ਹੀ ਰਾਵਣ ਦਾ ਪੁਤਲਾ ਸਾੜਿਆ ਗਿਆ, ਜਿਹੜੇ ਸਾਊਥ ਇੰਡੀਅਨ ਜਿਹੜੇ ਇੰਟਲੈਕਚੁਅਲ ਸੀ ਉਹਨਾਂ ਦੇ ਅੰਦਰ ਖੋਜ ਦੀ ਪ੍ਰਵਿਰਤੀ ਪੈਦਾ ਹੋਈ, ਤੇ ਉਸ ਖੋਜ ਦੀ ਪ੍ਰਵਿਰਤੀ ਦੇ ਵਿੱਚੋਂ ਮਹਾਤਮਾ ਰਾਵਣ, ਲੰਕੇਸ਼ਵਰ, ਰਾਵਣ ਸੰਹਿਤਾ, ਅਸੁਰਾ ਵਰਗੀਆਂ ਕਈ ਕਿਤਾਬਾਂ ਨਿਕਲੀਆਂ ਜਿਨ੍ਹਾਂ ਨੇ ਰਾਵਣ ਦੇ ਜੀਵਨ ਦੇ ਬਹੁਤ ਸਾਰੇ ਚੰਗੇ ਪੱਖ ਜਿਹੜੇ ਸੀ ਉਹ ਸਾਡੇ ਸਾਹਮਣੇ ਲਿਆ ਦਿੱਤੇ। ਇਸੇ ਤਰ੍ਹਾਂ ਇਹ ਜਿਹੜਾ ਮੀਡੀਆ ਦੀ ਤਾਕਤ ਹੈ,
ਜਾਂ ਤੁਸੀਂ ਕਹਿ ਸਕਦੇ ਹੋ ਕਿ ਅੱਜ ਦੇ ਸਮੇਂ 'ਚ ਜਿਹੜੀਆਂ ਇਹ ਤਾਕਤਾਂ ਨੇ, ਇਹ ਜਿੰਨਾ ਵੀ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕਰਦੀਆਂ ਨੇ, ਉਹਦੇ ਵਿਰੋਧ ਦੇ ਵਿੱਚ ਜਿਹੜਾ ਸਿੱਖ ਵਿੱਦਿਅਕ ਵਰਗ ਹੈ, ਜਿਹੜਾ ਸਿੱਖ ਇੰਟਲੈਕਚੁਅਲ ਵਰਗ ਹੈ, ਜਿਹੜਾ ਸਿੱਖ ਬੁੱਧੀਜੀਵੀ ਵਰਗ ਹੈ, ਕਿਤੇ ਨਾ ਕਿਤੇ ਉਹਨਾਂ ਦੀ ਮਾਨਸਿਕਤਾ 'ਤੇ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਦਾ ਸਹੀ ਰੂਪ ਜਿਹੜਾ ਉਹ ਪੇਸ਼ ਕਰਨ ਦੀ ਚੇਤਨਤਾ ਜ਼ਰੂਰ ਜਨਮ ਲੈਂਦੀ ਹੈ। ਸੋ ਮੈਂ ਕਹਿੰਦਾ ਕਿ ਉਹਨਾਂ ਦੇ ਵਿਰੋਧ ਦੇ ਵਿੱਚੋਂ ਜਿਉਂ ਜਿਉਂ ਉਹ ਵਿਰੋਧ ਕਰਦੇ ਨੇ, ਉਹ ਪੁਤਲਾ ਨਹੀਂ ਸਾੜਦੇ, ਬਲਕਿ ਉਹਦੇ ਇਵਜ਼ ਦੇ ਵਿੱਚ ਜਿਹੜੀ ਅਸੀਂ ਤਸਵੀਰ ਨੂੰ ਸਾਫ਼ ਕਰਦੇ ਹਾਂ, ਉਹਦਾ ਇੰਪੈਕਟ ਕੌਮ ਦੇ ਉੱਪਰ ਜ਼ਿਆਦਾ ਪੈ ਰਿਹਾ। ਜੇ ਅਸੀਂ ਗੱਲ ਕਰੀਏ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਸਾਨੂੰ ਬਹੁਤ ਵਧੀਆ ਉਹਨਾਂ ਨੇ ਰਾਜ ਚਲਾਇਆ ਸੀਗਾ, ਉਹਨਾਂ ਨੇ ਪੰਥ ਨੂੰ ਇੱਕਜੁੱਟ ਕਰਕੇ ਰੱਖਿਆ ਸੀਗਾ, ਪਰ ਅੱਜ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਜੇ ਆਪਣੇ ਸਿੱਖ ਕੌਮ ਦੇ ਵਿੱਚ ਤ੍ਰਾਸਦੀ ਆਈ ਆ ਤਾਂ ਸਭ ਤੋਂ ਵੱਡਾ ਹੱਥ ਇਹੀ ਹੈ ਕਿ ਅੱਜ ਕੱਲ੍ਹ ਕੁਰਸੀ ਦੇ ਪਿੱਛੇ ਜ਼ਿਆਦਾ ਪੈ ਰਹੇ ਨੇ, ਜਾਂ ਕਹੀਏ ਕਿ ਸਿਆਸੀ ਦੇ ਹੱਥ ਠੋਕੇ ਨੇ। ਵੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਿੱਖ ਜਿਹੜੀ ਪਰੰਪਰਾ ਹੈ ਇਹਦੇ ਵਿੱਚ ਧਰਮ ਤੇ ਸਿਆਸਤ ਨੂੰ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ, ਪਰ ਦੋ ਚੀਜ਼ਾਂ ਬੜੀਆਂ ਜ਼ਰੂਰੀ ਹੁੰਦੀਆਂ ਨੇ ਕਿ ਜਿਹੜਾ ਧਰਮ ਹੈ ਉਹ ਸਿਆਸੀ ਕੁਰਸੀ ਦੇ ਅਧੀਨ ਨਾ ਹੋ ਜਾਵੇ। ਜਿਹੜੀਆਂ ਸਿਆਸਤ ਦੀਆਂ ਪਰੰਪਰਾਵਾਂ ਨੇ ਜਾਂ ਜਿਹੜੇ ਸਿਆਸਤ ਦੇ ਵਹਾਅ ਨੇ ਉਹ ਤਾਂ ਸਹੀ ਰੂਪ ਦੇ ਵਿੱਚ ਮਨੁੱਖਤਾ ਦੇ ਵਾਸਤੇ ਨੈਤਿਕ ਕਦਰਾਂ ਕੀਮਤਾਂ ਦੇ ਅਲੰਬਰਦਾਰ ਹੋ ਸਕਦੇ ਨੇ, ਜੇਕਰ ਉਹਨਾਂ ਦੇ ਉੱਪਰ ਧਰਮ ਦਾ ਕੁੰਡਾ ਜਿਹੜਾ ਉਹ ਬਰਕਰਾਰ ਰਹੇ। ਸੋ ਸੰਤ ਜਰਨੈਲ ਸਿੰਘ ਦੇ ਸਮੇਂ ਜਿਹੜੀ ਸਭ ਤੋਂ ਵੱਡੀ ਵਿਲੱਖਣਤਾ ਇਹ ਹੈ ਕਿ ਸੰਤ ਜਰਨੈਲ ਸਿੰਘ ਹੁਣਾਂ ਨੇ ਆਪਣੇ ਰਾਜਸੀ ਖਾਕੇ ਦੇ ਵਿੱਚ ਆਉਂਦਿਆਂ ਵੀ ਆਪਣੇ ਧਰਮ ਦਾ ਜਿਹੜਾ ਪਲੜਾ ਸੀ ਉਸਨੂੰ ਨੀਵਾਂ ਨਹੀਂ ਹੋਣ ਦਿੱਤਾ। ਇੱਕ ਤਾਂ ਸਭ ਤੋਂ ਵੱਡੀ ਅਹਿਮੀਅਤ ਇਹ ਸੀ ਉਹਨਾਂ ਦੀ। ਦੂਸਰੀ ਗੱਲ ਸੀ ਕਿ ਸੰਤ ਜਰਨੈਲ ਸਿੰਘ ਦੀ ਜਿਹੜੀ ਸੈਂਸ ਆਫ ਪ੍ਰਪੋਰਸ਼ਨਲ ਸੀਗੀ ਉਹਦੇ ਵਿੱਚ ਸੰਤ ਜਰਨੈਲ ਸਿੰਘ ਦੀ ਇਹ ਚਿੰਤਾ ਨਹੀਂ ਸੀ ਜਿਸ ਤਰ੍ਹਾਂ ਦੇ ਅੱਜ ਦੇ ਰਾਜਸੀ ਆਗੂਆਂ ਨੂੰ ਚਿੰਤਾ ਹੁੰਦੀ ਹੈ ਕਿ ਮੇਰੇ ਤੋਂ ਬਾਅਦ ਮੇਰਾ ਪੁੱਤਰ ਮੁੱਖ ਮੰਤਰੀ ਹੋਵੇ, ਮੇਰੇ ਤੋਂ ਬਾਅਦ ਮੇਰਾ ਪੁੱਤਰ ਮੇਰੀ ਜਥੇਬੰਦੀ ਦਾ ਨੁਮਾਇੰਦਾ ਜਾਂ ਪ੍ਰਧਾਨ ਹੋਵੇ। ਸੰਤ ਜਰਨੈਲ ਸਿੰਘ ਦੀ ਜਿਹੜੀ ਸੋਚ ਇਹ ਕੌਮ ਦੇ ਵਾਸਤੇ ਇੱਕ ਖੁਦ ਬਖਤਿਆਰ ਘਰ ਦੀ ਸੀ। ਸੋ ਇਸ ਕਰਕੇ ਜਿਹੜੀ ਸੰਤ ਜਰਨੈਲ ਸਿੰਘ ਦਾ ਸਿਆਸੀ ਜੀਵਨ ਆ ਉਹ ਪੂਰੀ ਤਰ੍ਹਾਂ ਦੇ ਨਾਲ ਉਹ ਜੀਵਨ ਹੈ ਜਿਹੜੇ ਸਿੱਖਾਂ ਦੀ ਭਗਤੀ ਔਰ ਸ਼ਕਤੀ ਦੇ ਮਿਆਰ ਦੇ ਢਾਂਚੇ ਦੇ ਵਿੱਚ ਆਉਂਦਾ, ਜਦੋਂ ਕਿ ਜਿਹੜੀ ਅੱਜ ਦੀ ਸਿੱਖ ਲੀਡਰਸ਼ਿਪ ਹੈ ਉਹ ਉਸ ਭਗਤੀ ਔਰ ਸ਼ਕਤੀ ਮੀਰੀ ਔਰ ਪੀਰੀ ਦੇ ਸੰਕਲਪ ਤੋਂ ਕੋਹਾਂ ਦੂਰ ਜਾ ਚੁੱਕੀ ਹੈ। ਹੁਣ ਆਪਾਂ ਨੀਲੇ ਜਿਹੜਾ ਸਾਕਾ ਨੀਲਾ ਤਾਰਾ ਦੀ ਗੱਲ ਕਰੀਏ ਕਿ ਇੱਥੇ ਬਲੂ ਸਟਾਰ ਕੀਤਾ ਗਿਆ ਅਕਾਲ ਤਖ਼ਤ ਸਾਹਿਬ ਤੇ, ਤੁਹਾਡਾ ਤੁਹਾਨੂੰ ਕੀ ਲੱਗਦਾ ਕਿ ਇਹ ਕਿਹਨਾਂ ਨੇ ਕਰਵਾਇਆ? ਵੇਖੋ, ਇਹਦੇ ਵਿੱਚ ਜੇ ਤੁਸੀਂ ਇਹਦੇ ਮੂਲ ਕਾਰਨਾਂ ਵੱਲ ਝਾਂਤੀ ਮਾਰਦੇ ਹੋ ਤੇ ਮੈਨੂੰ ਲੱਗਦਾ ਕਿ ਜਿਹੜੀ ਅਫਜ਼ਲ ਅਹਿਮਦ ਰੰਧਾਵਾ ਦੀ ਕਵਿਤਾ ਸੀ ਨਾ ਕਿ ਪੰਜ ਸਦੀਆਂ ਦਾ ਵੈਰ ਕੱਢਣਾ, ਤਾਂ ਕਿਤੇ ਨਾ ਕਿਤੇ ਉਹ ਜਿਹੜੀ ਪੰਜ ਸਦੀਆਂ ਤੋਂ ਤੁਹਾਡੇ ਖਿਲਾਫ ਇੱਕ ਵਿਚਾਰਧਾਰਾ ਹੈ ਜਿਹੜੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਖਤਮ ਕਰਨਾ ਚਾਹੁੰਦੀ ਹੈ, ਇਹ ਕਿਤੇ ਨਾ ਕਿਤੇ ਉਸ ਵਿਚਾਰਧਾਰਾ ਦਾ ਵਿਰਾਟ ਰੂਪ ਹੈ। ਔਰ ਉਸ ਵਿਰਾਟ ਰੂਪ ਦੇ ਵਿੱਚ ਕੇਵਲ ਤੇ ਕੇਵਲ ਤੁਸੀਂ ਇਕੱਲੀ ਸਰਕਾਰ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਜਿਸ ਤਰ੍ਹਾਂ ਕਿ ਜਦੋਂ ਯਹੂਦੀਆਂ ਦਾ ਬਹੁਤ ਵੱਡਾ ਕਤਲੇਆਮ ਹੋਇਆ ਤੇ ਉਹਦੇ ਤੋਂ ਬਾਅਦ ਜਦੋਂ ਯਹੂਦੀਆਂ ਦੇ ਵਿਦਵਾਨਾਂ ਨੇ ਐਨਾਲਾਈਜ਼ ਕੀਤਾ ਕਿ ਇੰਨਾ ਵੱਡਾ ਕਤਲੇਆਮ ਇੱਕਦਮ ਕਿਵੇਂ ਹੋ ਸਕਦਾ ਹੈ ਕਿ ਇੱਕਦਮ ਜਿਹੜੇ ਲੋਕ ਤੁਹਾਡੇ ਗੁਆਂਢ 'ਚ ਰਹਿ ਰਹੇ ਨੇ ਉਹੀ ਤੁਹਾਨੂੰ ਕਤਲ ਕਰ ਦਿੰਦੇ ਨੇ, ਕਿ ਉਹ ਇੰਨਾ ਵੱਡਾ ਫਰਕ ਕਿਵੇਂ ਆ ਜਾਂਦਾ? ਤੇ ਫਿਰ ਉਹਨਾਂ ਨੇ ਦੋ ਚੀਜ਼ਾਂ ਦੇ ਉੱਪਰ ਖਾਸ ਕਰਕੇ ਧਿਆਨ ਕੇਂਦਰਿਤ ਕੀਤਾ ਕਿ ਇੱਕ ਤਾਂ ਲੋਕਾਂ ਦੇ ਵਿੱਚ ਜੀਨੋਸਾਈਡਲ ਇੰਪਲਸ ਭਰ ਦਿੱਤੀ ਜਾਂਦੀ ਹੈ ਤੇ ਦੂਜੀ ਗੱਲ ਇਹ ਜਿਹੜੇ ਵਰਤਾਰੇ ਉਦੋਂ ਹੋਰ ਵੀ ਖਤਰਨਾਕ ਹੋ ਜਾਂਦੇ ਨੇ ਜਦੋਂ ਤੁਹਾਡੀ ਆਪਣੀ ਕੌਮ ਦੇ ਲੋਕ ਹੀ ਗਦਾਰ ਹੁੰਦੇ ਨੇ। ਸੋ ਬਿਲਕੁਲ ਜਿਹੜਾ ਇੱਕ ਲੂਕਾਰਾ ਸੀ ਜੂਨ 84 ਦਾ, ਇਹਦੇ ਵਿੱਚ ਤੁਹਾਨੂੰ ਦੋਵੇਂ ਪੱਖ ਸਾਹਮਣੇ ਵੇਖਣੇ ਪੈਣਗੇ। ਇੱਕ ਤਾਂ ਸਟੇਟ ਜਿਹੜੀ ਹੈ ਉਹ ਗੁਰੂ ਨਾਨਕ ਸਾਹਿਬ ਦਾ ਜਿਹੜਾ ਧਰਮ ਔਰ ਰਾਜਨੀਤੀ ਦਾ ਪ੍ਰਚੰਡ ਰੂਪ ਦੇ ਵਿੱਚ ਪ੍ਰਗਟ ਸਰੂਪ ਸ੍ਰੀ ਅਕਾਲ ਤਖ਼ਤ ਸਾਹਿਬ ਹੈ ਉਹਨੂੰ ਖਤਮ ਕਰਨਾ ਚਾਹੁੰਦੇ ਨੇ ਤੇ ਉਸ ਨੂੰ ਖਤਮ ਕਰਨ ਦੇ ਵਿੱਚ ਕਿਤੇ ਨਾ ਕਿਤੇ ਉਸ ਕੁਹਾੜੇ ਦਾ ਦਸਤਾ ਸਾਡੀ ਅਕਾਲੀ ਲੀਡਰਸ਼ਿਪ ਵੀ ਬਣਦੀ ਹੈ। ਪੰਜਾਬ ਦੇ ਹਾਲਾਤਾਂ ਦੀ ਵੀ ਗੱਲ ਕਰੀਏ ਕਿ ਅੱਜ ਕਿਤੇ ਪਾਣੀਆਂ ਦਾ ਮਸਲਾ, ਕਿਤੇ ਕਿਸਾਨਾਂ ਦਾ ਮਸਲਾ, ਕਿਤੇ ਨਸ਼ਿਆਂ ਦਾ ਮਸਲਾ ਹੋ ਰਿਹਾ, ਤੁਹਾਨੂੰ ਕੀ ਲੱਗਦਾ ਵੀ ਪੰਜਾਬ ਦਾ ਬੇੜਾ ਗਰਕ ਕਿਸਨੇ ਕੀਤਾ?
ਦਰਅਸਲ ਪੰਜਾਬ ਦੇ ਇਸ ਸਮੁੱਚਾ ਜਿਹੜਾ ਤੁਸੀਂ ਬੇੜਾ ਗਰਕ ਸ਼ਬਦ ਵਰਤਦੇ ਹੋ ਜਾਂ ਪੰਜਾਬ ਜਿਹੜਾ ਬਰਬਾਦੀ ਦੇ ਰਾਹ ਦੇ ਉੱਪਰ ਹੈ, ਇਹਦੇ ਦੋ ਰੂਪ ਨੇ। ਇੱਕ ਤਾਂ ਹੈਗਾ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸਟੇਟ ਸਪੋਂਸਰਡ, ਜੋ ਕਿ ਸਰਕਾਰ ਦੇ ਵੱਲੋਂ ਪੰਜਾਬ ਦੇ ਨਾਲ ਵਿਤਕਰੇ ਦੀ ਪ੍ਰਕਿਰਿਆ। ਹੁਣ ਮੰਨ ਲਓ ਅਸੀਂ ਪਾਣੀ ਦੀ ਗੱਲ ਹੀ ਕਰ ਲੈਂਦੇ ਹਾਂ, ਅਤੇ ਉਹਦੇ ਵਿੱਚ ਜਿੰਨਾ ਦੋਸ਼ ਸਰਕਾਰ ਦਾ, ਜੇ ਤੁਸੀਂ 80% ਦੋਸ਼ ਸਰਕਾਰ ਦਾ ਗਿਣਦੇ ਹੋ ਤਾਂ 20% ਦੋਸ਼ ਸਾਡਾ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਵੀ ਆ। ਮਿਸਾਲ ਦੇ ਤੌਰ 'ਤੇ ਜਦੋਂ ਹੁਣ ਪੰਜਾਬ ਦਾ ਜਿਹੜਾ ਪਾਣੀ ਬਾਹਰਲੇ ਸਟੇਟਾਂ ਨੂੰ ਦਿੱਤਾ ਜਾ ਰਿਹਾ, ਅਤੇ ਉਹ ਜਿਹੜਾ ਪਾਣੀ ਹੈ ਤਕਰੀਬਨ 18,000 ਕਿਊਸਿਕ ਲੀਟਰ ਜਿਹੜਾ ਹੈਗਾ ਉਹ ਪਰ ਮਿੰਟ ਜਿਹੜਾ ਉਹ ਪੰਜਾਬ ਦਾ ਜਾ ਰਿਹਾ, ਅਤੇ ਜੇ ਤੁਸੀਂ ਪੂਰੇ ਦਿਨ ਦੇ ਵਿੱਚ ਉਸਦਾ ਔਸਤਨ ਹਿਸਾਬ ਲਾਓ ਅਤੇ ਉਹਦਾ 1 ਰੁਪਈਆ ਪਰ ਲੀਟਰ ਜੇਕਰ ਅਸੀਂ ਰੇਟ ਵੇਖੀਏ ਤਾਂ 1 ਮਿੰਟ ਦੇ ਵਿੱਚ 3 ਕਰੋੜ ਦਾ ਜਿਹੜਾ ਪੰਜਾਬ ਦਾ ਪਾਣੀ ਹੈ ਉਹ ਜਾ ਰਿਹਾ। ਹੁਣ ਤੁਸੀਂ ਵੇਖੋ ਕਿ 3 ਕਰੋੜ ਦਾ ਪ੍ਰਤੀ ਮਿੰਟ ਪਾਣੀ ਇੱਕ ਸਟੇਟ ਦਾ ਦੂਜੇ ਸਟੇਟ ਨੂੰ ਬਿਨਾਂ ਪੈਸੇ ਤੋਂ ਦਿੱਤਾ ਜਾਣਾ, ਤਾਂ ਕੁਦਰਤੀ ਹੈ ਕਿ ਜਿਹੜੀ ਸਟੇਟ ਚਾਹੁੰਦੀ ਹੈ ਕਿ ਪੰਜਾਬ ਦੀ ਆਰਥਿਕਤਾ ਨੂੰ ਢਾਹ ਲੱਗੇ। ਜਦੋਂ ਕਿ ਦੁਨੀਆਂ ਦਾ ਕੋਈ ਵੀ ਕਾਨੂੰਨ, ਜਿਨ੍ਹਾਂ ਕਾਨੂੰਨਾਂ ਦੇ ਅਧੀਨ ਪਾਣੀਆਂ ਦੀ ਵੰਡ ਹੁੰਦੀ ਹੈ, ਇਹ ਪੰਜਾਬ ਪਹਿਲਾ ਐਸਾ ਸਟੇਟ ਹੈ ਜਿਹੜਾ ਰਿਪੇਰੀਅਨ ਸਟੇਟ ਹੈ, ਜਿਹਦਾ ਪੰਜਾਬ ਦੇ ਪਾਣੀਆਂ ਦੇ ਉੱਪਰ ਹੱਕ ਹੈ, ਪਰ ਉਹਦੇ ਹੱਕਾਂ ਤੋਂ ਵਾਂਝੇ ਕਰਕੇ ਜਿਹੜਾ ਪੰਜਾਬ ਦਾ ਪਾਣੀ ਹੈ ਹੋਰ ਸਟੇਟਾਂ ਨੂੰ ਦਿੱਤਾ ਜਾ ਰਿਹਾ। ਸੋ ਪਹਿਲੀ ਗੱਲ ਤਾਂ ਤੁਹਾਨੂੰ ਇਹ ਵੇਖਣੀ ਪਵੇਗੀ ਕਿ ਜਿਹੜਾ ਕੇਂਦਰ ਦੇ ਵੱਲੋਂ ਇੰਨਾ ਵੱਡਾ ਵਿਤਕਰਾ ਕੀਤਾ ਜਾ ਰਿਹਾ। ਦੂਸਰੀ ਗੱਲ ਜਿੱਥੇ ਅਸੀਂ ਦੋਸ਼ੀ ਹਾਂ ਕਿ ਜਿਹੜੀ ਪੰਜਾਬ ਦੀ ਅਕਾਲੀ ਲੀਡਰਸ਼ਿਪ ਸੀ, ਇਹਨਾਂ ਨੇ 1984 ਤੋਂ ਬਾਅਦ ਰਜੀਰ ਲੌਂਗੋਵਾਲ ਸਮਝੌਤੇ ਦੇ ਦੌਰਾਨ ਇਹ ਜਿਹੜੇ ਅਹਿਮ ਮੁੱਦੇ ਸੀ ਇਹਨਾਂ ਦੀ ਅਹਿਮੀਅਤ ਨੂੰ ਸਮਝਿਆ ਨਹੀਂ। ਮੈਂ ਕਹਿ ਸਕਦਾ ਕਿ ਬਹੁਤ ਵੱਡੀ ਇੱਕ ਇਹਨਾਂ ਨੇ ਭੂਮਿਕਾ ਅਦਾ ਕੀਤੀ ਪੰਜਾਬ ਦੇ ਹੱਕ ਵੇਖਣ ਦੇ ਵਿੱਚ। ਜੇਕਰ ਤੁਸੀਂ ਇਸ ਨੂੰ ਇਤਿਹਾਸਿਕ ਪਰਿਪੇਖ ਦੇ ਵਿੱਚ ਵੇਖਦੇ ਹੋ ਤਾਂ ਜਿਹੜੀਆਂ ਪੇਸ਼ਕਸ਼ ਹੁੰਦੀਆਂ ਨੇ ਹਮੇਸ਼ਾ ਦੁਸ਼ਮਣ ਦੇ ਵੱਲੋਂ ਆਉਂਦੀਆਂ ਨੇ, ਅਤੇ ਉਹਨਾਂ ਪੇਸ਼ਕਸ਼ ਦੇ ਮੱਦੇਨਜ਼ਰ ਤੁਹਾਡਾ ਰਵੱਈਆ ਕੀ ਹੋਵੇ, ਤੁਸੀਂ ਆਪਣੇ ਕੌਮ ਨੂੰ ਪੱਖ ਕਿਵੇਂ ਰੱਖਣਾ ਦੁਸ਼ਮਣ ਦੇ ਅੱਗੇ, ਇਹ ਤੁਹਾਡੀ ਲੀਡਰਸ਼ਿਪ ਦੀ ਕੁਆਲਿਟੀ ਚਾਹੀਦੀ ਹੈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜਾ ਸਿੱਖ ਨੌਜਵਾਨ ਸੀ ਉਹ ਮੈਦਾਨੇ ਜੰਗ ਦੇ ਵਿੱਚ ਹਥਿਆਰਬੰਦ ਸੰਘਰਸ਼ ਵੀ ਲੜਿਆ, ਪਰ ਜਿਹੜਾ ਉਹਦਾ ਲੀਡਰ ਸੀ ਅਕਾਲੀਆਂ ਦੇ ਰੂਪ 'ਚ ਉਹ ਟੇਬਲ ਟਾਕ ਦੇ ਉੱਪਰ ਉਸ ਜੰਗ ਨੂੰ ਹਰਾ ਕੇ ਆ ਗਿਆ। ਸੋ ਉਹਦੇ ਨਾਲ ਇਹ ਹੋਇਆ ਕਿ ਇੱਕ ਤਾਂ ਉਸ ਕੁਹਾੜੇ ਦਾ ਦਸਤਾ ਇਹ ਬਣ ਗਏ, ਅਤੇ ਤੀਜਾ ਕਿਤੇ ਨਾ ਕਿਤੇ ਮੈਂ ਪੰਜਾਬ ਦੇ ਲੋਕਾਂ ਨੂੰ ਇਸ ਲਈ ਇਸ ਕਰਕੇ ਦੋਸ਼ੀ ਗਿਣਦਾ, ਚਾਹੇ ਉਹ ਪੰਜਾਬ ਦਾ ਕਿਸਾਨੀ ਦਾ ਵਰਗ ਹੈ ਚਾਹੇ ਅਸੀਂ ਆਮ ਲੋਕ ਹਾਂ, ਉਹਦੇ ਵਿੱਚ ਇਹ ਹੈ ਕਿ ਅਜੇ ਤੱਕ ਪੰਜਾਬ ਦੇ ਲੋਕ ਪਾਣੀ ਦੇ ਮਸਲੇ ਦੇ ਬਾਰੇ ਜਿੰਨੇ ਚੇਤਨ ਤੇ ਜਾਗਰੂਕ ਹੋਣੇ ਚਾਹੀਦੇ ਨੇ ਉਨੇ ਜਾਗਰੂਕ ਹੈ ਹੀ ਨਹੀਂ। ਇਹ ਬੜੀ ਅਹਿਮ ਗੱਲ ਹੈ ਕਿ ਇੱਕ ਬਹੁਤ ਵੱਡੀ ਜਾਗਰੂਕਤਾ ਦੀ ਲੋੜ ਹੈ ਕਿ ਜ਼ਮੀਨੀ ਪਾਣੀ ਜਿਹੜਾ ਉਹ ਖਤਮ ਹੁੰਦਾ ਜਾ ਰਿਹਾ, ਨਹਿਰੀ ਵਿਭਾਗ ਵੱਲੋਂ ਜਿਹੜਾ ਪਾਣੀ ਦੀ ਵਰਤੋਂ ਨਹੀਂ ਹੋ ਰਹੀ ਜਾਂ ਲੋਕਾਂ ਦੇ ਤੱਕ ਉਹ ਪਾਣੀ ਪਹੁੰਚ ਨਹੀਂ ਰਿਹਾ, ਅਤੇ ਜਿਹੜਾ ਪੰਜਾਬ ਨੂੰ ਪਾਣੀ ਚਾਹੀਦਾ ਸੀ ਉਹ ਵੇਚਿਆ ਜਾ ਰਿਹਾ। ਸੋ ਇਹ 3 ਇਹੋ ਜਿਹੇ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਪੰਜਾਬ ਦੀ ਜਿਹੜੀ ਆਮ ਜਨ ਸਧਾਰਨ ਜਨਤਾ ਹੈ ਉਸਨੂੰ ਬਹੁਤ ਚੇਤਨ ਹੋਣਾ ਚਾਹੀਦਾ। ਮੈਂ ਇੱਕ ਤੁਹਾਨੂੰ ਪਰਸਨਲ ਸਵਾਲ ਪੁੱਛਣਾ ਚਾਹੁੰਦੀ ਕਿ ਜਿਵੇਂ ਆਪਾਂ ਗੱਲ ਕਰਦੇ ਕਿ ਹਰ ਟਾਈਮ ਤੁਸੀਂ ਸਮੇਂ ਸਮੇਂ ਤੇ ਸਿੱਖ ਪੇਜਾਂ ਤੇ ਵੀ ਪ੍ਰਚਾਰ ਕਰਦੇ ਦਿਖਦੇ ਹੋ ਸਾਨੂੰ, ਔਰ ਨਾਲ ਅਸੀਂ ਦੱਸੀਏ ਕਿ ਕਈ ਅਸੀਂ ਤੁਹਾਡੀਆਂ ਇੱਦਾਂ ਦੇ ਲੈਕਚਰ ਵੀ ਸੁਣੇ ਆ ਜਿਹੜੇ ਕਿ ਇੱਕ ਸਿੱਖ ਕੌਮ ਨੂੰ ਇੱਕਜੁੱਟ ਕਰਨ ਵਾਲੇ ਉਹਨਾਂ ਦੇ ਜਿਹੜੇ ਮੋਟਿਵ ਹੁੰਦੇ ਆ, ਮੈਸੇਜ ਹੁੰਦੇ ਉਹ ਹੁੰਦੇ ਆ, ਪਰ ਫਿਰ ਵੀ ਕਿਤੇ ਨਾ ਕਿਤੇ ਤੁਹਾਨੂੰ RSS ਦੇ ਨਾਲ ਜੋੜਿਆ ਜਾਂਦਾ ਕਿ ਉਹਨਾਂ ਨੂੰ ਤੁਹਾਡੇ ਉਹਨਾਂ ਲੋਕਾਂ ਵੱਲੋਂ ਉਹਨਾਂ ਨੁਮਾਇੰਦਿਆਂ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਤੁਸੀਂ RSS ਦੇ ਏਜੰਟ ਹੋ, ਤੁਹਾਡਾ ਕੀ ਕਹਿਣਾ ਹੈ? ਮੇਰੇ ਖਿਆਲ ਦੇ ਨਾਲ ਜਦੋਂ ਮੈਂ RSS ਦੇ ਖਿਲਾਫ਼ ਕੰਮ ਸ਼ੁਰੂ ਕੀਤਾ ਤਾਂ ਮੈਂ ਪਹਿਲਾ ਹੀ ਸੀਗਾ ਜਿਸਨੇ ਸਭ ਤੋਂ ਜ਼ਿਆਦਾ ਜਿਹੜੇ ਲੇਖ ਲਿਖੇ ਜਾਂ ਸਭ ਤੋਂ ਜ਼ਿਆਦਾ ਜਿਹੜੇ ਲੈਕਚਰ ਸੀਗੇ ਉਹਨਾਂ ਦੇ ਢਾਂਚੇ ਨੂੰ ਸਮਝਾਉਣ ਦੇ ਵਾਸਤੇ ਕਿ ਵੇਖੋ ਜਿਨ੍ਹਾਂ ਦੇ ਕੋਲ ਧਰਮ ਦੀ ਪਰਿਭਾਸ਼ਾ ਕੋਈ ਨਹੀਂ, ਜਿਨ੍ਹਾਂ ਦੇ ਕੋਲ ਧਰਮ ਦੀ ਵਿਚਾਰਧਾਰਾ ਕੋਈ ਨਹੀਂ, ਜਿਨ੍ਹਾਂ ਕੋਲ ਧਰਮ ਦਾ ਇੱਕ ਕੇਂਦਰ ਨਹੀਂ, ਜਿਨ੍ਹਾਂ ਦੇ ਕੋਲ ਧਰਮ ਦਾ ਇੱਕ ਸੰਕਲਪ ਨਹੀਂ ਹੈ, ਉਹਨਾਂ ਲੋਕਾਂ ਨੇ ਆਪਣੇ ਆਪ ਨੂੰ ਆਰਗੇਨਾਈਜ਼ਡ ਕਰਕੇ ਕਿਸ ਤਰ੍ਹਾਂ ਦੇ ਨਾਲ ਹਿੰਦੁਸਤਾਨ ਦੇ ਵਿੱਚ ਹਿੰਦੂਤਵ ਦੀ ਰਾਜਨੀਤੀ ਦਾ ਫੈਲਾਅ ਕੀਤਾ, ਜਿਸ ਤਰ੍ਹਾਂ ਹੁਣ ਤੁਸੀਂ ਉਹਨਾਂ ਦਾ ਵੱਡਾ ਜਿਹੜਾ ਉਗਰ ਰੂਪ ਉਹ ਤੁਸੀਂ ਮੋਦੀ ਦੇ ਰਾਜ ਦੇ ਰੂਪ ਦੇ ਵਿੱਚ ਵੇਖ ਰਹੇ ਹੋ।
ਤਾਂ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ 90% ਜੇਕਰ ਕੌਮ ਨੇ ਮੇਰਾ ਸਾਥ ਦਿੱਤਾ ਤਾਂ 10% ਉਹ ਲੋਕ ਸੀ ਜਿੱਦਾਂ ਦੀ ਇੱਕ ਤਾਂ ਮੇਰੇ ਨਾਲ ਇਹ ਈਰਖਾ ਸੀਗੀ ਕਿ ਅਸੀਂ ਪੜ੍ਹ ਕੇ ਵੀ ਇਸ ਮਿਆਰ 'ਤੇ ਨਹੀਂ ਪਹੁੰਚ ਸਕੇ ਅਤੇ ਇੱਕ ਮੈਡੀਸਨ ਦੇ ਫੀਲਡ 'ਚੋਂ ਆਇਆ ਹੋਇਆ ਜਿਹੜਾ ਡਾਕਟਰ ਹੈ ਇਹਨੂੰ ਲੋਕ ਵੱਧ ਸੁਣ ਰਹੇ ਨੇ, ਉਹ ਕਿਤੇ ਨਾ ਕਿਤੇ ਇੱਕ ਈਰਖਾ ਦਾ ਫੈਕਟਰ ਸੀ। ਕਿਤੇ ਨਾ ਕਿਤੇ ਕੁਝ ਉਹ ਲੋਕ ਵੀ ਸਨ ਜਿਹੜੇ ਉਸ ਸੰਸਥਾ ਦੇ ਨਾਲ ਜੁੜੇ ਹੋਏ ਸੀਗੇ ਤੇ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਸਿੱਖਾਂ ਦੇ ਵਿੱਚ ਬਦਨਾਮ ਕਰਨ ਦਾ ਇੱਕ ਬਹੁਤ ਵੱਡਾ ਤੁਹਾਡੇ ਕੋਲ ਇੱਕ ਕਹਿ ਸਕਦੇ ਹਾਂ ਕਿ ਇੱਕ ਫੈਕਚੁਅਲ ਹੈਗਾ ਹੈ ਕਿ ਜਿਹੜਾ ਬੰਦਾ ਕਿਸੇ ਸੰਸਥਾ ਦੇ ਖਿਲਾਫ ਕੰਮ ਕਰ ਰਿਹਾ ਉਹਨੂੰ ਉਹਦੇ ਨਾਲ ਜੋੜ ਦਿਓ। ਪਰ ਪਰਮਾਤਮਾ ਦੇ ਵੱਲੋਂ ਸ਼ੁਕਰ ਰਿਹਾ ਹੈ ਕਿ ਮੈਂ ਉਸ ਮੁੱਦੇ ਦੇ ਉੱਪਰ ਕਾਰਜ ਹੀ ਇੰਨਾ ਕੀਤਾ ਸੀ ਕਿ 2-4 ਲੋਕਾਂ ਨੇ ਜੇ ਮੇਰੀ ਵਿਰੋਧਤਾ ਵੀ ਕੀਤੀ ਹੈ ਤੇ ਸਮੁੱਚੀ ਕੌਮ ਦੇ ਉੱਪਰ ਕੋਈ ਅਸਰ ਨਹੀਂ ਹੋਇਆ। ਤੀਸਰੀ ਗੱਲ ਸੀ ਕਿ ਮੈਂ ਆਪਣੇ ਕਾਰਜ ਨੂੰ ਉਹਨਾਂ ਲੋਕਾਂ ਦੀ ਵਿਰੋਧਤਾ ਦੇ ਮੱਦੇਨਜ਼ਰ ਵੀ ਮੈਂ ਆਪਣਾ ਕਾਰਜ ਬੰਦ ਨਹੀਂ ਕੀਤਾ। ਮੈਂ ਲਗਾਤਾਰ ਵੀ ਜਿਹੜਾ ਸਿੱਖ ਇਤਿਹਾਸ ਦੀ ਭੰਨ ਤੋੜ ਹੁੰਦੀ ਸੀ ਉਹਦੇ ਪ੍ਰਤੀ ਜਿਹੜਾ ਖੋਜ ਕਾਰਜ ਹੁੰਦਾ ਸੀ ਉਸਨੂੰ ਮੈਂ ਲਗਾਤਾਰ ਜਾਰੀ ਰੱਖਿਆ। ਹੁਣ ਵੀ ਮੇਰੀ ਅਗਲੇ ਕੁਛ ਸਮੇਂ ਦੇ ਵਿੱਚ ਆ ਰਹੀ ਜਿਹੜੀ ਕਿਤਾਬ ਹੈ ਝੂਠ ਨਾ ਬੋਲ ਪਾਂਡੇ, ਉਹਦੇ ਵਿੱਚ ਵੀ RSS ਦੀਆਂ ਅਗਲੀਆਂ ਜਿਹੜੀਆਂ 30-40 ਸਾਲ ਦੀਆਂ ਪਾਲਿਸੀਜ਼ ਨੇ ਕਿ ਪੰਜਾਬ ਨੂੰ ਕਿਸ ਤਰ੍ਹਾਂ ਸਾਰੇ ਹਿੰਦੂਤਵ ਦੇ ਖਾਰੇ ਸਮੁੰਦਰ ਦੇ ਵਿੱਚ ਡੋਬਿਆ ਜਾ ਰਿਹਾ ਉਹਦੇ ਬਾਰੇ ਨੇ। ਸੋ ਮੈਂ ਇਹ ਕਹਿੰਦਾ ਕਿ ਦੋਸ਼ ਲੱਗਣੇ ਸੁਭਾਵਿਕ ਨੇ, ਸਾਬਿਤ ਕਰਨੇ ਬੜੇ ਔਖੇ ਹੁੰਦੇ ਨੇ। ਅਤੇ ਦੂਸਰੀ ਗੱਲ, ਜਦੋਂ ਤੁਸੀਂ ਇਸ ਖੇਤਰ ਦੇ ਵਿੱਚ ਆਉਂਦੇ ਹੋ, ਚਾਹੇ ਤੁਸੀਂ ਵੀ ਆਓ ਸਿੱਖ ਧਰਮ ਦੇ ਇਸ ਲਿਖਤ ਦੇ ਖੇਤਰ 'ਚ, ਬੋਲਣ ਦੇ ਖੇਤਰ ਦੇ ਵਿੱਚ, ਤਾਂ ਤੁਹਾਨੂੰ ਮਾਨਸਿਕ ਤੌਰ 'ਤੇ ਤਿਆਰ ਹੋ ਕੇ ਆਉਣਾ ਪਵੇਗਾ ਕਿ ਜੇ 80-90% ਲੋਕ ਤੁਹਾਡੀਆਂ ਵਿਚਾਰਧਾਰਾ ਜਾਂ ਗੱਲਾਂ ਦੇ ਨਾਲ ਜਾਂ ਵਿਖਿਆਨ ਦੇ ਨਾਲ ਸਹਿਮਤ ਨੇ ਅਤੇ 10-12% ਇਹੋ ਜਿਹੇ ਸਟੇਟ ਸਪੋਂਸਰਡ ਲੋਕ ਹੁੰਦੇ ਨੇ ਜਿਨ੍ਹਾਂ ਨੇ ਤੁਹਾਡੀ ਵਿਰੋਧਤਾ ਕਰਨੀ ਹੁੰਦੀ ਹੈ, ਉਹਨੂੰ ਹੱਸ ਕੇ ਸਵੀਕਾਰ ਕਰਨਾ ਚਾਹੀਦਾ। ਵੀਰ ਜੀ, ਅਸੀਂ ਤੁਹਾਡੀ ਗੱਲ ਕਰੇ ਕਿ ਤੁਹਾਡੇ ਤੇ ਤਾਂ ਉਂਗਲੀਆਂ ਉਠਾਈਆਂ ਹੀ ਗਈਆਂ, ਪਰ ਨਾਲ ਅਸੀਂ ਹੋਰ ਵੀ ਕਈ ਜਥੇਬੰਦੀਆਂ ਸਰਮੋਹ ਸੰਸਥਾਵਾਂ ਦੀ ਗੱਲ ਕਰੀਏ ਜਿਨ੍ਹਾਂ ਦੇ ਵਿੱਚੋਂ ਕਈ ਏਦਾਂ ਦੇ ਨੇ ਆਪਸ ਦੇ ਵਿੱਚ ਹੀ ਇੱਕ ਮਾਰਕੁੱਟ ਉਹਨਾਂ ਦੀ ਚੱਲ ਰਹੀ ਹੈ, ਆਪਸ ਦੇ ਵਿੱਚ ਇੱਕ ਦੂਜੇ ਤੇ ਤੋਸ਼ਣਬਾਜ਼ੀ ਲਾ ਰਹੇ ਹੋ, ਕਿਉਂ ਇਹ ਕਾਰਨ ਕੀ ਹੈ ਇਸਦਾ, ਕਿਉਂ ਸਾਡੀ ਸਿੱਖ ਕੌਮ ਅੱਜ ਇੱਦਾਂ ਆਪਸ ਦੇ ਵਿੱਚ ਹੀ ਲੜਾਈ ਵਿੱਚ ਜੁਟੀ ਹੋਈ ਹੈ? ਦਰਅਸਲ ਪਹਿਲੀ ਗੱਲ ਤੇ ਹੈ ਕਿ ਨਾ ਤੇ ਕੌਮ ਕੋਲ ਲੀਡਰ ਹੈ ਇਸ ਵੇਲੇ, ਨਾ ਕੌਮ ਦੇ ਕੋਲ ਨਿਸ਼ਾਨਾ ਹੈ, ਤੇ ਨੌਜਵਾਨਾਂ ਦੀਆਂ ਜਥੇਬੰਦੀਆਂ ਖਿੰਡਰੀਆਂ ਹੋਈਆਂ ਨੇ, ਪਰ ਉਹਨਾਂ ਦੇ ਕੋਲ ਕੋਈ ਸਾਂਝਾ ਕੇਂਦਰੀ ਨਿਸ਼ਾਨਾ ਨਾ ਹੋਣ ਕਰਕੇ ਜਿਹੜੀ ਉਹਨਾਂ ਦੀ ਚੇਤਨਤਾ ਹੈ, ਜਿਹੜੀ ਦੁਸ਼ਮਣ ਦੇ ਖਿਲਾਫ ਊਰਜਾ ਲੱਗਣੀ ਚਾਹੀਦੀ ਸੀ, ਉਹ ਆਪਸ ਦੇ ਵਿੱਚ ਬਰਬਾਦ ਹੁੰਦੀ ਜਾ ਰਹੀ ਹੈ। ਸੋ ਪਹਿਲੀ ਗੱਲ ਤੇ ਇਹ ਹੈ, ਕਿਤੇ ਨਾ ਕਿਤੇ ਮੈਂ ਸੋਚਦਾ ਕਿ ਕੌਮ ਦੇ ਵਿੱਚ ਅੰਤਰ ਵਿਰੋਧ ਦੇ ਮੁੱਦੇ ਇੰਨੇ ਜ਼ਿਆਦਾ ਪੈਦਾ ਕਰ ਦਿੱਤੇ ਗਏ ਨੇ, ਇੰਨਾ ਮੂਲ ਮੰਤਰ ਪੜ੍ਹਨਾ ਹੈ, ਬੜੇ ਨਿਗੁਣੇ ਜਿਹੇ ਮੁੱਦੇ ਨੇ, ਮਾਸ ਖਾਣਾ ਜਾਂ ਨਹੀਂ ਖਾਣਾ, ਰਾਗਮਾਲਾ ਬਾਣੀ ਹੈ ਜਾਂ ਨਹੀਂ ਬਾਣੀ। ਮੈਂ ਸੋਚਦਾ ਕਿ ਇਹ ਮੁੱਦੇ ਇੱਕ ਇੱਕ ਖਾਸ ਮਿਆਰ ਦੇ ਉੱਪਰ ਵਿਚਾਰਨ ਵਾਲੇ ਹੁੰਦੇ ਨੇ। ਜਨਤਕ ਤੌਰ 'ਤੇ ਜੇਕਰ ਤੁਸੀਂ ਇਹਨਾਂ ਮੁੱਦਿਆਂ ਨੂੰ ਵਿਚਾਰੋਗੇ ਤਾਂ ਕੌਮ ਦੇ 'ਚ ਧੜੇਬੰਦੀ ਤਾਂ ਪੈਦਾ ਕੀਤੀ ਜਾ ਸਕਦੀ, ਇਸ ਦਾ ਹੱਲ ਨਹੀਂ ਕੱਢਿਆ ਜਾ ਸਕਦਾ। ਸੋ ਇਹ ਜਿਹੜੇ ਕੌਮ ਦੇ ਅੰਤਰ ਵਿਰੋਧ ਦੇ ਮੁੱਦੇ ਹੁੰਦੇ ਨੇ, ਇਹਦਾ ਮੈਂ ਸੋਚਦਾ ਕਿ ਵਿਦਵਾਨਾਂ ਦਾ ਫਰਜ਼ ਬਣਦਾ ਹੈ ਕਿ ਅੰਦਰ ਬੈਠ ਕੇ ਇਹਨਾਂ ਦੇ ਉੱਪਰ ਇੱਕ ਲੰਬੀ, ਗਹਿਰ, ਗੰਭੀਰ, ਦੀਰਘ ਵਿਚਾਰ ਚਰਚਾ ਹੋਵੇ, ਉਹਦੇ ਤੋਂ ਉਪਰੰਤ ਕੋਈ ਸਿੱਟਾ ਕੱਢਿਆ ਜਾਵੇ। ਪਰ ਜਦੋਂ ਇਹ ਮੁੱਦੇ ਸਟੇਜਾਂ ਦੇ ਉੱਪਰ ਜਨਤਕ ਤੌਰ 'ਤੇ ਸਿਰਫ ਆਪਣੀ ਵਡਿਆਈ ਕਰਾਉਣ ਦਾ ਕਾਰਨ ਬਣ ਜਾਂਦੇ ਨੇ ਤੇ ਕੁਦਰਤੀ ਕੌਮ ਵਿੱਚ ਧੜੇਬੰਦੀਆਂ ਪੈਦਾ ਹੁੰਦੀਆਂ ਨੇ, ਤੇ ਇਹਨਾਂ ਧੜੇਬੰਦੀਆਂ ਨੂੰ ਰੋਕਣ ਦੇ ਵਾਸਤੇ ਇੱਕ ਤਾਂ ਸਾਡੇ ਕੋਲ ਜਿਹੜਾ ਕਹਿ ਸਕਦੇ ਹਾਂ ਕਿ ਗੁਰੂ ਦੀ ਵਿਚਾਰਧਾਰਾ ਤੋਂ ਬਖਸ਼ੀ ਹੋਇਆ ਜਿਹੜਾ ਸਾਡੇ ਕੋਲ ਪੱਖ ਸੀ, ਉਹ ਸੀ ਸ੍ਰੀ ਅਕਾਲ ਤਖਤ ਸਾਹਿਬ, ਤੇ ਉਹ ਅਸੀਂ ਵੇਖ ਹੀ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਉਹ ਤਾਂ ਇੱਕ ਖਾਸ ਸਥਾਪਿਤ ਰਾਜ ਸੀ, ਧਿਰ ਦੀ ਜੇਬ ਦੇ ਵਿੱਚ ਪੈ ਚੁੱਕਾ ਹੈ। ਹੁਣ ਉੱਥੋਂ ਦੇ ਜਿਹੜੇ ਵਿਚਾਰਧਾਰਕ ਪੱਖ ਦੇ ਵਿੱਚੋਂ ਜਿਹੜੀ ਸਿੱਖੀ ਦੀ ਸਿਧਾਂਤਕ ਪਰੰਪਰਾਵਾਂ ਨੇ ਜਨਮ ਲੈਣਾ ਸੀ, ਉਹ ਤਾਂ ਬਿਲਕੁਲ ਖਤਮ ਹੋ ਚੁੱਕੀਆਂ ਨੇ। ਹੁਣ ਜਿੰਨਾ ਚਿਰ ਤੱਕ ਕੌਮ ਦੇ ਕੋਲ ਕੋਈ ਇਵੇਂ ਦਾ ਆਗੂ ਨਹੀਂ ਆਉਂਦਾ ਜਿਹੜਾ ਸਿਧਾਂਤਕ ਤੌਰ 'ਤੇ ਕੌਮ ਨੂੰ ਅਗਵਾਈ ਦੇ ਸਕੇ, ਜਾਂ ਫਿਰ ਕੌਮ ਦੀ ਇਹ ਜਿਹੜੀ ਨੌਜਵਾਨ ਲੀਡਰਸ਼ਿਪ ਜਿਹੜੀ ਨਵੀਂ ਪੈਦਾ ਹੋ ਰਹੀ ਹੈ, ਇਹਦੇ ਵਿੱਚ ਸਿਧਾਂਤਕ ਚੇਤਨਤਾ ਨਹੀਂ ਆਉਂਦੀ ਕਿ ਅਸੀਂ ਆਪਸੀ ਵਿਰੋਧ ਦੇ, ਅੰਤਰ ਵਿਰੋਧ ਦੇ ਮੁੱਦਿਆਂ ਨੂੰ ਛੱਡ ਕੇ ਜਿਹੜਾ ਕੌਮ ਦਾ ਮੁੱਦਾ ਹੈ। ਮੈਂ ਸੋਚਦਾ ਕਿ ਅੱਜ ਤਾਂ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਜ਼ਿਆਦਾ ਗੰਭੀਰ ਮੁੱਦਾ ਇਹ ਹੈ ਕਿ ਅੱਜ ਜਿਸ ਤਰ੍ਹਾਂ ਦੇ ਨਾਲ ਹਿੰਦੂਤਵ ਦਾ ਰਾਜ ਆਇਆ, ਉਹਦੇ ਵਿੱਚ ਈਸਾਈਆਂ ਨੂੰ ਖਤਰਾ ਹੈ ਪਰ ਸਾਡੇ ਜਿੰਨਾ ਨਹੀਂ, ਇਸਲਾਮ ਨੂੰ ਖਤਰਾ ਹੈ ਪਰ ਸਾਡੇ ਜਿੰਨਾ ਨਹੀਂ,
ਕਿਉਂਕਿ ਇਸਲਾਮ ਤੇ ਈਸਾਈ ਧਰਮਾਂ ਦੇ ਜਿਹੜੇ ਮੂਲ ਨੇ ਉਹ ਵਿਦੇਸ਼ਾਂ ਦੇ ਵਿੱਚ ਨੇ। ਅੱਜ ਹਿੰਦੁਸਤਾਨ ਦੇ ਵਿੱਚ ਵੱਧ ਤੋਂ ਵੱਧ 1, 2, 5, 10 ਈਸਾਈਆਂ ਨੂੰ ਕਤਲ ਕਰ ਵੀ ਦਿੱਤਾ ਜਾਂਦਾ ਤੇ ਸਮੁੱਚੇ ਈਸਾਈ ਜਗਤ ਦੇ ਉੱਪਰ ਕੋਈ ਬਹੁਤ ਵੱਡਾ ਉਸ ਵਰਤਾਰੇ ਦਾ ਪ੍ਰਭਾਵ ਨਹੀਂ ਪੈਂਦਾ ਕਿਉਂਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਨੇ। ਤੇ ਦੂਜੀ ਗੱਲ, ਉਹਨਾਂ ਦੀ ਜਿਹੜੀ ਹੈ ਜਨਮ ਭੂਮੀ ਇਹ ਨਹੀਂ ਹੈ, ਉਹਨਾਂ ਦੇ ਇਤਿਹਾਸਕ ਸਰੋਤਾਂ ਨੂੰ ਵਿਚਾਰਧਾਰਾ ਨੂੰ ਕੋਈ ਖਤਰਾ ਨਹੀਂ ਹੈ। ਇਸੇ ਤਰ੍ਹਾਂ ਇਸਲਾਮ ਦੇ 22-23 ਦੇਸ਼ ਹੋਰ ਨੇ। ਜੇਕਰ ਹਿੰਦੁਸਤਾਨ ਵਿੱਚ 2, 4, 5 ਮੁਸਲਮਾਨਾਂ ਨੂੰ ਜਾਤੀ ਆਧਾਰਿਤ ਹਿੰਸਾ ਦੇ ਉੱਪਰ ਕੁੱਟਿਆ ਮਾਰਿਆ ਵੀ ਜਾਂਦਾ ਹੈ ਤਾਂ ਉਹਨਾਂ ਦੇ ਪਿੱਠ ਦੇ ਉੱਪਰ ਬਹੁਤ ਸਾਰੇ ਦੇਸ਼ ਖੜੇ ਨੇ। ਤੇ ਦੂਸਰੀ ਗੱਲ ਕਿ ਜੇ ਕਿਸੇ ਗਰੀਬ ਮੁਸਲਮਾਨ ਨੂੰ ਕੁੱਟ ਵੀ ਲਿਆ ਜਾਵੇ ਪਰ ਜਿਹੜੀ ਇੱਥੋਂ ਦੀ ਰਾਜ ਸੱਤਾ ਉਹ ਇਹ ਨਹੀਂ ਕਰ ਸਕਦੀ ਕਿ ਉਹਨਾਂ ਦੇ ਧਰਮ ਦੇ ਮੂਲ ਵਿਚਾਰਧਾਰਾ ਦੇ ਉੱਪਰ ਕੋਈ ਹਮਲਾ ਕਰ ਸਕੇ। ਪਰ ਸਾਡੀ ਸਿੱਖ ਕੌਮ ਦੀ ਤਾਂ ਜਨਮ ਦੀ ਔਰ ਕਰਮ ਦੀ ਭੂਮੀ ਜਿਹੜੀ ਹੈ ਉਹ ਇਸ ਦੇਸ਼ ਦੇ ਵਿੱਚ ਹੈ। ਇਹਦੇ ਕਰਕੇ ਸਾਨੂੰ ਤਾਂ ਬਹੁਤ ਜ਼ਿਆਦਾ ਚੇਤਨ ਹੋਣਾ ਪਵੇਗਾ ਕਿ ਸਾਨੂੰ ਸਰੀਰਕ ਹਮਲੇ ਦਾ ਵੀ ਖਤਰਾ ਹੈ, ਸਾਨੂੰ ਬੌਧਿਕ ਹਮਲੇ ਦਾ ਖਤਰਾ ਹੈ, ਸਾਰੇ ਪਾਸਿਓਂ ਤੁਸੀਂ ਦੁਸ਼ਮਣ ਨਾਲ ਘਿਰੇ ਬੈਠੇ ਹਾਂ। ਸੋ ਮੈਂ ਤੇ ਇਹ ਜਿਹੜੇ ਜਥੇਬੰਦੀਆਂ ਵਾਲੇ ਵੀਰ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਹੈ ਕਿ ਆਪਸੀ ਮਤਭੇਦਾਂ 'ਚ ਆ ਜਾਣਾ, ਇੱਕ ਦੂਜੇ ਦੀਆਂ ਪੱਗਾਂ ਲਾਹ ਦੇਣੀਆਂ, ਗਾਲੀ ਗਲੋਚ ਕਰਨਾ, ਮੈਂ ਕਹਿੰਦਾ ਕਿ ਇਹਨਾਂ ਨੂੰ ਇਹ ਛੋਟੇ ਛੋਟੇ ਅੰਤਰ ਵਿਰੋਧ 'ਤੇ ਆ ਕੇ ਆਪਣੇ ਜਿਹੜਾ ਕਹਿ ਸਕਦੇ ਕਿ ਸਾਂਝਾ ਦੁਸ਼ਮਣ ਜਿਹੜਾ ਉਹਦੇ ਵੱਲ ਧਿਆਨ ਕੇਂਦਰਿਤ ਕਰਨਾ ਪਵੇਗਾ ਕਿ ਅਸੀਂ ਨੌਜਵਾਨਾਂ ਨੂੰ ਬਚਾਉਣਾ ਕਿਵੇਂ ਹੈ, ਅਸੀਂ ਉਹਨਾਂ ਨੂੰ ਜੰਗ ਦੇ ਵਿੱਚ ਨਹੀਂ ਲੈ ਕੇ ਜਾਣਾ, ਅਸੀਂ ਉਹਨਾਂ ਦਾ ਬਚਾਅ ਕਰਨਾ। ਸਾਨੂੰ ਉਸ ਵਿਚਾਰਧਾਰਾ ਦੇ ਪੱਖ ਦੇ ਉੱਪਰ ਆਪਣਾ ਧਿਆਨ ਕੇਂਦਰਿਤ ਕਰਨਾ ਪਵੇਗਾ। ਨੌਜਵਾਨਾਂ ਦੀ ਗੱਲ ਕੀਤੀ ਤੇ ਅੱਜ ਤੁਸੀਂ ਦੇਖੋਗੇ ਕਿ ਗਰਾਊਂਡ ਲੈਵਲ ਤੇ ਕਈ ਨੌਜਵਾਨ ਆਪਣੇ ਵਧੀਆ ਤਰੀਕੇ ਨਾਲ ਕੰਮ ਵੀ ਕਰ ਰਹੇ ਨੇ, ਪਰ ਜਿੱਥੇ ਆਪਾਂ ਗੱਲ ਕਰਦੇ ਬਜ਼ੁਰਗ ਸਾਡੇ ਬਜ਼ੁਰਗਾਂ ਦੀ, ਸਾਡੇ ਬਜ਼ੁਰਗਾਂ ਦਾ ਕਹਿੰਦੇ ਨੌਜਵਾਨਾਂ ਤੇ ਥਾਪੜਾ ਹੋਣਾ ਚਾਹੀਦਾ ਕਿ ਉਹ ਸਿੱਖ ਕੌਮ ਨੂੰ ਕਿਤੇ ਵਧੀਆ ਰਸਤੇ ਤੇ ਪਲੇਟਫਾਰਮ ਤੇ ਲੈ ਕੇ ਜਾਣ, ਪਰ ਤੁਹਾਨੂੰ ਲੱਗਦਾ ਨਹੀਂ ਕਿ ਜਿੱਥੇ ਅਸੀਂ ਗੱਲ ਕਰਦੇ ਕਿ ਬਜ਼ੁਰਗਾਂ ਕੋਲ ਤਜਰਬਾ ਹੁੰਦਾ ਔਰ ਜਿਹੜਾ ਸਾਡਾ ਨੌਜਵਾਨ ਪੀੜ੍ਹੀ ਉਹਨਾਂ ਕੋਲ ਨਵੀਂ ਸੋਚ ਹੁੰਦੀ ਹੈ ਔਰ ਇਹ ਅਗਰ ਮਿਲ ਕੇ ਚੱਲਣ ਤਾਂ ਸ਼ਾਇਦ ਸਾਡੇ ਕਿਤੇ ਨਾ ਕਿਤੇ ਸਿੱਖ ਕੌਮ ਦਾ ਭਵਿੱਖ ਉਜਵਲ ਹੋ ਸਕਦਾ, ਤੁਹਾਡਾ ਕੀ ਕਹਿਣਾ? ਬਿਲਕੁਲ ਇੰਝ ਹੋ ਸਕਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਪਰ ਇਹਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਚਾਹੇ ਉਹ ਸਥਾਪਿਤ ਰਾਜਨੀਤਿਕ ਧਿਰ ਹੈ ਤੇ ਜਾਂ ਫਿਰ ਸਥਾਪਿਤ ਧਿਰ ਦੇ ਖਿਲਾਫ ਲੜ ਰਹੀ ਧਿਰ ਹੈ, ਉਹਨਾਂ ਦੀ ਜਿਹੜੀ ਲੀਡਰਸ਼ਿਪ, ਮੈਂ ਕਹਿ ਸਕਦਾ ਜਿਹੜੀ ਉਮਰ ਵਿਹਾ ਚੁੱਕੀ ਲੀਡਰਸ਼ਿਪ ਆ, ਪਹਿਲੀ ਗੱਲ ਤੇ ਉਹ ਨੌਜਵਾਨਾਂ ਨੂੰ ਉਹ ਜਗ੍ਹਾ ਦੇਣ ਨੂੰ ਤਿਆਰ ਹੀ ਨਹੀਂ ਹੈ ਕਿ ਨੌਜਵਾਨ ਜਿਹੜਾ ਉਹ ਰਾਜਸੀ ਖੇਤਰ ਦੇ ਵਿੱਚ ਅੱਗੇ ਵੱਧ ਸਕੇ। ਦੂਸਰੀ ਗੱਲ ਸੀ ਕਿ ਜਿਹੜੀ ਪੰਥਕ ਤੌਰ ਤੇ ਚੇਤਨ ਵਰਗ ਸਾਡਾ ਸੀਗਾ, ਕਿਤੇ ਨਾ ਕਿਤੇ ਬਜ਼ੁਰਗਾਂ ਨੇ ਉਹਨਾਂ ਦੀ ਪਿੱਠ ਦੇ ਉੱਪਰ ਖਲੋਣਾ ਸੀ, ਪਰ ਹੁਣ ਜੇ ਕਿਤੇ ਨੌਜਵਾਨ ਕੌਮੀ ਆਜ਼ਾਦੀ ਜਾਂ ਚੇਤਨਤਾ ਦੀ ਗੱਲ ਕਰਦੇ ਆ ਤਾਂ ਬਜ਼ੁਰਗਾਂ ਦੀ ਜ਼ਬਾਨ 'ਚ ਇੱਕ ਹੀ ਸ਼ਬਦ ਹੁੰਦਾ, ਮੁੰਡਾ ਪੁੱਠੇਰਾ ਪੈ ਗਿਆ। ਸੋ ਸਿੱਖੀ ਵਿਚਾਰਧਾਰਾ ਦੇ ਨਾਲ ਜੁੜਨਾ ਸਾਡੇ ਬਜ਼ੁਰਗ ਨੂੰ ਨਜ਼ਰ ਆਉਂਦਾ ਕਿ ਮੁੰਡਾ ਪੁੱਠੇਰਾ ਪੈ ਗਿਆ। ਸੋ ਕਿਤੇ ਨਾ ਕਿਤੇ ਇਹ ਜਿਹੜੀ ਬਜ਼ੁਰਗਾਂ ਦੀ ਤੇ ਨੌਜਵਾਨਾਂ ਦੀ ਜਿਹੜੀ ਇਹ ਜਿਹੜੀ ਵਿਚਾਰਧਾਰਕ ਜਿਹੜੀ ਵਿਰੋਧਤਾ ਪੈਦਾ ਹੋ ਜਾਂਦੀ ਹੈ, ਇਹ 'ਚ ਇੱਕ ਸਮਰੂਪਤਾ ਦੀ ਲੋੜ ਹੈ ਕਿ ਉਹਨਾਂ ਬਜ਼ੁਰਗਾਂ ਨੂੰ ਸਮਝਣਾ ਪਵੇਗਾ ਕਿ ਨੌਜਵਾਨ ਜੇਕਰ ਕੌਮੀ ਵਿਚਾਰਧਾਰਾ ਦੀ, ਕੌਮੀ ਚੇਤਨਤਾ ਦੀ ਗੱਲ ਕਰਦਾ ਹੈ ਤੇ ਉਹ ਪੰਜਾਬ ਦੇ ਭਵਿੱਖ ਦੇ ਪ੍ਰਤੀ ਕਿਤੇ ਨਾ ਕਿਤੇ ਚਿੰਤਨਸ਼ੀਲ ਹੈ, ਕਿਤੇ ਨਾ ਕਿਤੇ ਉਹ ਆਪਣੇ ਮਨ 'ਚ ਫਿਕਰਮੰਦ ਹੈ ਤੇ ਸਾਨੂੰ ਉਹਦੀ ਪਿੱਠ ਦੇ ਉੱਪਰ ਖੜੇ ਹੋਣਾ ਚਾਹੀਦਾ। ਪਰ ਇੱਕ ਬਹੁਤ ਵੱਡੀ ਟ੍ਰੈਜਡੀ ਹੈ ਕਿ ਸਾਰੀਆਂ ਜਥੇਬੰਦੀਆਂ ਦੇ ਵਿੱਚ ਜਿਹੜੇ ਸਥਾਪਿਤ ਹੋ ਚੁੱਕੇ ਲੋਕ ਨੇ ਉਹ ਨੌਜਵਾਨਾਂ ਨੂੰ ਅੱਗੇ ਆਉਣ ਹੀ ਨਹੀਂ ਦੇ ਰਹੇ। ਅਸੀਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਉਦੋਂ ਜੀ, ਤੁਸੀਂ ਅੱਜ ਬਕਾਇਦਾ ਸਾਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਕਿ ਅੱਜ ਸਾਡੇ ਸਿੱਖ ਕੌਮ ਦੇ ਵਿੱਚ ਸਭ ਤੋਂ ਵੱਡੀ ਤ੍ਰਾਸਦੀ ਕਿਉਂ ਆਈ ਹੈ, ਪਰ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਮੈਸੇਜ ਤਾਂ ਇਹੀ ਹੈ ਕਿ ਇੱਕ ਥੋੜਾ ਜਿਹਾ ਇਤਿਹਾਸਕ ਹਵਾਲੇ ਦੇ ਵਿੱਚ ਕਿ ਜਦੋਂ ਯਹੂਦੀਆਂ ਦਾ ਬਹੁਤ ਜ਼ਿਆਦਾ ਕਤਲੇਆਮ ਹੋਇਆ ਤੇ ਆਪਣੇ ਇੱਕ ਵਿਦਵਾਨ ਦੇ ਕੋਲ ਗਏ ਤੇ ਜਾ ਕੇ ਕਹਿੰਦੇ ਨੇ ਕਿ ਬਹੁਤ ਨੁਕਸਾਨ ਹੋਇਆ, ਹੁਣ ਅਸੀਂ ਕੀ ਕਰੀਏ? ਵਿਦਵਾਨ ਨੇ ਕਿਹਾ ਮੈਂ ਇੱਥੇ ਤੇ ਤੁਹਾਨੂੰ ਕੁਛ ਦੱਸ ਨਹੀਂ ਸਕਦਾ, ਤੁਸੀਂ ਮੈਨੂੰ ਇੱਕ ਤਾਬੂਤ ਦੇ ਵਿੱਚ ਬੰਦ ਕਰਕੇ ਜੰਗਲ 'ਚ ਲੈ ਜਾਓ ਤੇ ਮੈਂ ਉੱਥੇ ਤੁਹਾਡੇ ਕੁਛ ਲੋਕਾਂ ਦੇ ਨਾਲ ਆਪਣੀ ਗੱਲ ਸਾਂਝੀ ਕਰਾਂਗਾ। ਕੁਛ ਲੋਕ ਲੈ ਗਏ ਤਾਬੂਤ ਦੇ ਵਿੱਚੋਂ, ਉਸਨੂੰ ਬਿਠਾਇਆ ਗਿਆ ਤੇ ਉਸਨੇ 2-4 ਗੱਲਾਂ ਕੀਤੀਆਂ ਸੀ ਤੇ ਮੈਂ ਸੋਚਦਾ ਕਿ ਜੇਕਰ ਸਾਡੀ ਸਮੁੱਚੀ ਕੌਮ ਮੇਰੀਆਂ ਗੱਲਾਂ ਤਾਂ ਨਹੀਂ ਆ ਉਸ ਵਿਦਵਾਨ ਦੀਆਂ ਕਈਆਂ ਗੱਲਾਂ ਦੇ ਉੱਪਰ ਅਮਲ ਕਰ ਲਵੇ ਤਾਂ ਕਿਤੇ ਨਾ ਕਿਤੇ ਕੌਮ ਦੇ ਵਿੱਚੋਂ ਫਿਰ ਚੇਤਨਾ ਦਾ ਜਿਹੜਾ ਅੰਸ਼ ਹੈ ਉਹ ਪ੍ਰਕਾਸ਼ਮਾਨ ਹੋ ਸਕਦਾ। ਉਸਨੇ ਕਿਹਾ ਸੀ ਇੱਕ ਤੇ ਆਪਣੀ ਬੋਲੀ ਨਾ ਭੁੱਲਿਓ, ਯਹੂਦੀਆਂ ਦੀ ਜਿਹੜੀ ਬੋਲੀ ਸੀ ਹੀਬਰੂ ਸੀ, ਕਹਿੰਦਾ ਇੱਕ ਤੇ ਆਪਣੀ ਬੋਲੀ ਨਾ ਭੁੱਲਿਓ,
ਦੂਸਰੀ ਗੱਲ ਆਪਣੇ ਧਰਮ ਗ੍ਰੰਥ ਜਿਹੜਾ ਉਹਨਾਂ ਦਾ ਤੁਰੇਤ ਸੀ ਉੱਥੋਂ ਕਿਨਾਰਾ ਕਸ਼ੀ ਨਾ ਕਰਿਓ, ਤੇ ਤੀਸਰੀ ਗੱਲ ਬੱਚਿਆਂ ਨੂੰ ਇਹ ਅਹਿਸਾਸ ਕਰਾ ਦਿਓ ਤੁਸੀਂ ਗੁਲਾਮ ਹੋ ਤੇ ਗੁਲਾਮ ਦੀ ਅਹਿਸਾਸ ਦੇ ਵਿੱਚੋਂ ਬੰਦਾ ਆਜ਼ਾਦੀ ਦਾ ਰਾਹ ਤਲਾਸ਼ਦਾ। ਸੋ ਇਹ ਤਿੰਨ ਗੱਲਾਂ ਸਾਡੇ ਸਾਹਮਣੇ ਨੇ, ਇੱਕ ਤੇ ਅਸੀਂ ਆਪਣੀ ਮਾਂ ਬੋਲੀ ਦੇ ਨਾਲੋਂ ਨਾ ਟੁੱਟੀਏ, ਇੱਕ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰਧਾਰਾ ਦੇ ਨਾਲੋਂ ਨਾ ਟੁੱਟੀਏ, ਤੇ ਤੀਸਰੀ ਗੱਲ ਗੁਲਾਮ ਹੋ ਜਾਣਾ ਕੋਈ ਬਹੁਤ ਵੱਡਾ ਗੁਨਾਹ ਨਹੀਂ ਹੁੰਦਾ, ਪਰ ਜੇ ਗੁਲਾਮੀ ਦਾ ਅਹਿਸਾਸ ਜਨਮ ਨਾ ਲਵੇ ਫਿਰ ਗੁਨਾਹ ਹੁੰਦਾ ਹੈ। ਜਿੰਨਾ ਚਿਰ ਤੁਹਾਡੇ ਅੰਦਰ ਗੁਲਾਮੀ ਦਾ ਅਹਿਸਾਸ ਜਨਮ ਨਹੀਂ ਲੈਂਦਾ ਉਹਨਾਂ ਚਿਰ ਤਾਂ ਤੁਸੀਂ ਖੁਦ ਮੁਖਤਿਆਰੀ ਦੇ ਰਾਹ ਨਹੀਂ ਤੁਰ ਸਕਦੇ। ਸੋ ਮੇਰੀ ਤਾਂ ਇਹੀ ਬੇਨਤੀ ਹੈ ਜੀ। ਦਰਸ਼ਕੋ, ਅਸੀਂ ਦੋਕੇ ਜੀ ਨਾਲ ਬਿਲਕੁਲ ਸਹਿਮਤ ਹੈ, ਕਿਉਂਕਿ ਅੱਜ ਸਾਡੇ ਲਈ ਸਾਡੇ ਅੰਦਰ ਵੀ ਸਿੱਖ ਕੌਮ ਲਈ ਦਰਦ ਹੈ। ਅਸੀਂ ਕਿਸੇ ਦੀ ਧਾਰਮਿਕ ਭਾਵਨਾ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ, ਪਰ ਸਾਨੂੰ ਅੱਜ ਕਿਤੇ ਨਾ ਕਿਤੇ ਲੱਗ ਰਿਹਾ ਕਿ ਸਾਡੀ ਸਿੱਖ ਕੌਮ ਦੇ ਵਿੱਚ ਤਰਾਸ਼ ਦੀ ਆਈ ਤੇ ਕਿਉਂ ਹੋਏ, ਕਿਉਂ ਸਾਡੇ ਸਿੱਖ ਕੌਮ ਦੇ ਨੁਮਾਇੰਦੇ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੁੰਦੇ। ਕਿਉਂਕਿ ਅਸੀਂ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਚਾਹੇ ਜਿੰਨਾ ਮਰਜ਼ੀ ਆਪਸੀ ਮਤਭੇਦ ਹੁੰਦੇ ਸੀ, ਪਰ ਜਦੋਂ ਵੀ ਸਾਡੀ ਸਿੱਖ ਕੌਮ ਤੇ ਭੀੜਾ ਪੈਂਦੀ ਸੀ ਤਾਂ ਸ਼ਾਇਦ ਉਹ ਕਿਤੇ ਨਾ ਕਿਤੇ ਇਕੱਠੇ ਹੋ ਕੇ ਉਸ ਚੀਜ਼ ਦਾ ਸਾਹਮਣਾ ਕਰਦੇ ਸੀ, ਤੇ ਅੱਜ ਵੀ ਸਾਨੂੰ ਲੋੜ ਹੈ ਸਿੱਖ ਕੌਮ ਨੂੰ ਇਕੱਤਰ ਹੋਣ ਦੀ। ਕਿਉਂਕਿ ਅਗਰ ਅਸੀਂ ਇਕੱਠੇ ਹੋਵਾਂਗੇ ਤਾਂ ਸ਼ਾਇਦ ਕਿਤੇ ਨਾ ਕਿਤੇ ਸਾਡੀ ਸਿੱਖ ਕੌਮ ਦੇ ਵਿੱਚ ਇੱਕ ਨਵਾਂ ਪੜਾਅ ਸਾਨੂੰ ਮਿਲ ਸਕਦਾ, ਇੱਕ ਨਵੀਂ ਨੁਹਾਰ ਆ ਸਕਦੀ ਹੈ। ਤਾਂ ਅਸੀਂ ਜਾਂਦੇ ਜਾਂਦੇ ਅਗਰ ਤੁਹਾਡੇ ਮਨ ਵਿੱਚ ਕੋਈ ਵਿਚਾਰ ਆਉਂਦਾ ਤਾਂ ਤੁਸੀਂ ਸਾਡੇ ਕਮੈਂਟ ਬਾਕਸ ਦੇ ਵਿੱਚ ਉਸ ਨੂੰ ਪੇਸ਼ ਕਰ ਸਕਦੇ ਹੋ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।